ਧੰਨ ਵਾਹਿਗੁਰੂ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੋ, ਤੂੰ ਠਾਕੁਰ ਊਚ ਭਗਵਾਨ, ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾਂ, ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਤੁਰ ਵੱਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਲੈ ਹਿਰਦੈ ਗੁਰ ਚਰਨਾ ਪਿਆਰੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ, ਰਹਾ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀ ਨਾ, ਦੁੱਖ ਸੁਖ ਕਰਤ ਜਨਮ ਫੁਨ ਮੁਆ, ਚਰਨ ਕਮਲ ਗੁਰ ਆਸ਼ਰਮ ਦੀਆ, ਸਾਗਰ ਬੂਡਤ ਸੰਸਾਰਾ, ਨਾਨਕ ਬਾਪ ਕਰ ਸਤਿਗੁਰ ਨਿਸਤਾਰਾ, ਅਗਨ ਸਾਗਰ ਬੂਡਤ ਸੰਸਾਰਾ, ਬਾਪ ਕਰ ਸਤਿਗੁਰ ਨਿਸਤਾਰਾ, ਪਰਮ ਸਨਮਾਨ ਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਜੁੜ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਅੱਜ ਦੂਸਰੇ ਦਿਨ ਦੇ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਆਪਾਂ ਸਾਰਿਆਂ ਨੇ ਬਹੁਤ ਟਿਕਾਅ ਵਿੱਚ ਬੈਠ ਕੇ ਸਰਵਣ ਕੀਤਾ ਹੈ। ਆਓ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਦਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਜੋ ਰਾਗ ਬਿਲਾਵਲ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 804 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਦੇ ਅਮੋਲਕ ਵਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੇ ਵਿੱਚ ਜੁੜ ਕੇ ਬੈਠੇ ਹੋ, ਅਦਬ ਸਤਿਕਾਰ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਇੱਕੇ ਵਾਰ ਕਹਿਣ ਦੇ ਬੁਲੰਦ ਆਵਾਜ਼ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜਿਸਦਾ ਆਪਾਂ ਹੁਣੇ ਪਾਠ ਕੀਤਾ ਹੈ, ਗੁਰਦੇਵ ਜੀ ਦੇ ਇਸ ਪਾਵਨ ਪਵਿੱਤਰ ਸ਼ਬਦ ਨੂੰ ਸਮਝਣ ਵਾਸਤੇ ਸਤਿਗੁਰ ਜੀ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਸਾਹਿਬ ਦੀ ਬਾਣੀ ਵਿੱਚ ਬੜੀ ਕਮਾਲ ਦੀ ਗੱਲ ਪਈ ਹੈ ਕਿ ਗੁਰੂ ਨੂੰ ਸਾਰੀ ਕਾਇਨਾਤ ਅੱਖਾਂ ਨਾਲ ਵੇਖਦੀ ਪਈ ਹੈ, ਸਾਰੇ ਲੋਕ ਇਹਨਾਂ ਨੇਤਰਾਂ ਨਾਲ ਗੁਰੂ ਦੇ ਦੀਦਾਰ ਕਰ ਰਹੇ ਨੇ, ਪਰ ਕੇਵਲ ਵੇਖਣ ਨਾਲ ਮੁਕਤੀ ਨਹੀਂ ਮਿਲਦੀ। ਬਚਨ ਬੜੇ ਪਿਆਰੇ ਨੇ ਗੁਰਦੇਵ ਨੇ ਵੀ, ਸਤਿਗੁਰ ਨੂੰ ਸਭ ਨੂੰ ਵੇਖਦਾ ਜਿੰਦਾ ਜਗਤ ਸੰਸਾਰ। ਗੁਰਦੇਵ ਜੀ ਕਹਿੰਦੇ ਡਿੱਠ ਹੈ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਸੁਭਾਵਿਕ ਗੱਲ ਹੈ ਵੀ ਬੰਦਾ ਡਾਕਟਰ ਨੂੰ ਵੇਖਿਆ ਠੀਕ ਨਹੀਂ ਹੁੰਦਾ, ਉਹਦੀ ਦੱਸੀ ਹੋਈ ਦਵਾਈ ਖਾਣ ਨਾਲ ਠੀਕ ਹੁੰਦਾ ਹੈ। ਬੜੀ ਸੌਖੀ ਜੀ ਉਦਾਹਰਨ ਹੈ ਵੀ ਕੋਈ ਵੀ ਵਿਦਿਆਰਥੀ ਸਕੂਲ ਵਿੱਚ ਜਾ ਕੇ ਟੀਚਰ ਨੂੰ ਵੇਖਣ ਨਾਲ ਵਿਦਿਆ ਨਹੀਂ ਪ੍ਰਾਪਤ ਕਰਦਾ, ਟੀਚਰ ਦੇ ਕੋਲੋਂ ਵਿਦਿਆ ਗ੍ਰਹਿਣ ਕਰਦਾ ਹੈ। ਜੇ ਕੇਵਲ ਬਾਹਰਲੇ ਦੀਦਾਰ ਦੀ ਗੱਲ ਕਰੀਏ ਤਾਂ ਬੜੇ ਸਮਾਜ ਦੇ ਵਿੱਚ ਲੋਕਾਂ ਨੇ ਗੁਰੂ ਪਾਤਸ਼ਾਹ ਦੇ ਵਕਤ ਵੀ ਬਾਹਰੀ ਤੌਰ 'ਤੇ ਦਰਸ਼ਨ ਕੀਤੇ ਨੇ, ਪਰ ਮੁਕਤੀ ਉਹਨਾਂ ਨੂੰ ਮਿਲੀ ਉਹ ਹੀ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਸਕੇ ਜਿਹਨਾਂ ਨੇ ਗੁਰੂ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ। ਸਾਹਿਬ ਨੇ ਬੜੀ ਕੀਮਤੀ ਗੱਲ ਅੱਜ ਦੇ ਸ਼ਬਦ ਵਿੱਚ ਕਹੀ ਆ, ਉਹ ਸਭ ਤੋਂ ਪਹਿਲਾਂ ਸ਼ਬਦ ਦੇ ਰਹਾਓ ਵਾਲੇ ਬੰਦ ਨੂੰ ਵਿਚਾਰਨ ਦਾ ਯਤਨ ਕਰੀ। ਰਹਾਓ ਦਾ ਬੰਦ ਹੈ ਗੁਰਦੇਵ ਜੀ ਕਹਿੰਦੇ ਸਿਮਰ ਮਨਾ ਹੇ ਮੇਰਾ ਚੇਤੇ ਕਰ, ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਾਰੀ ਸੰਗਤ ਆਓ ਜਾਂ ਦੁਕਾਨ ਪੜ੍ਹ ਲਈਏ, ਫਿਰ ਮਨ ਦੀ ਇਕਾਗਰਤਾ ਦੇ ਨਾਲ ਅਸੀਂ ਸ਼ਬਦ ਦੀ ਵਿਚਾਰ ਸਾਂਝੀ ਕਰਾਂਗੇ। ਸਿਮਰ ਮਨਾ ਰਾਮ ਨਾਮ ਚਿਤਾਰੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਸਿਮਰ ਮਨਾ ਰਾਮ ਨਾਮ ਚਿਤਾਰੇ,
साहब महाराज जी ने भी हे मन चित्ती कर, वैसे दुनिया के हर ज्ञान का संबंध मन नाल है। मन संबोधन किया गुरुदेव ने, पागल बंदे ना तो उपदेश दे सकता है ना पागल बंदा उपदेश ग्रहण कर ही सकता है। जिन्हें भी रूल निजम ने जिहदे कोल ब्रेन है, जिहदे कोल दिमाग, उहदे वास्ते तुसीं कभी देखना ट्रैफिक के जिन्हें भी निजम ने सारे ब्रेन वाले बंदे वास्ते। मान लो तुसीं गड्डी लैके जा रहे हो, जे दिमाग वाला बंदा ब्रेन वाला बंदा तुहाडी गड्डी दे अचनचेती अगे आ जाए, तुसीं उहनूं कहिंदे भाई इन्ना होया तू वेख भाई रस्ता वेख के पार नहीं कर सकता। पर मैंटल बंदा पागल बंदा तुहाडी गड्डी दे अगे अचनचेत आ जाए, तुसीं कदी कुछ नहीं कहो, क्योंकि बेचारे नूं पता ही नहीं। जे उहनूं इन्ना पता होंदा, तंदुरुस्त बंदा ते पागल बंदा दोवें तुरदे ने, तंदुरुस्त बंदे ते पागल बंदे दे तुरन विच बस इन्ना ही फर्क है कि तंदुरुस्त बंदे नूं कोई पुछे भी तू कित्थे जा रहा है, उहदे दो ही रीजन होणगे, जां ते कहेगा भी मैं किसे नूं मिलण जा रहा ते जां मैं सैर कर रहा, कारण है ना उहदी कोई मंजिल है, जां ते कहिंदा भी 2000 किलोमीटर मैं घूम के आउणा मैं सैर कर रहा, ते जां मैं फलाणे बंदे नूं मिलण चलिया। पागल बंदा भी तुरदा है, उहनूं रस्ते 'च खिलार के पिछे भाई किथे जा रहे हैं, बेचारे की कोई मंजिल नहीं है। की दसेगा जी तुरते हो भी रहा बड़ा सारा दिन, की है कई बार रात भी तुरया बंदा सड़कों के उत्ते। सतगुरु ने पता किन्हां वास्ते वचन उच्चारण किया, जिन्हां कोल गुरु शब्द की सोझी ने। फिर शब्द है सब जग बहरानम, गुरु के शब्द तो बिना, गुरु के शब्द की समझ तो बिना कहणगे जगत कमड़िया वाली गल कर रहे, बौरिया वाला जीवन जूले। हुण पागल बंदा कपड़ा पाउंदा है, बेचारे पुठे सिद्ध का नहीं पता भी सीधा किहड़ा ते पुठा किहड़ा। पागल बंदा नहीं कपड़ा, उहनूं इह भी नहीं पता भी जिहड़ा मैं तरां दे कपड़ा पाया मैला है कि साफ है। पागल बंदे नूं थोड़ा पता, पागल बंदे ने कपड़ा पाउणा है पर इह नहीं पता सीधा है कि पुठा है। खाण दा नहीं पता बेचारे नूं, खाण लगे हो सकदा है कि हाथ पैर लपेट लवे अपने सारे कपड़े लपेट लवे, नहीं पता उस। कहिंदे जगत कमलिया वाला जीवन जू रहा है गुरु के शब्द तो बिना, गुरु की विचार तो बिना। तो जितना भी ज्ञान है यह मन संबंधित है, जिन्ना भी असं पाठ करते हैं बाणी। वैसे दुनिया के अंदर कोई नहीं तुम किता कोई भी काम सीखना हो, जो साडा बच्चा स्कूल में जाता है, जे साडा बच्चा केवल स्कूल के तन नाल लैके जाए मन नाल लैके जाए, मन उठे जाए ना बच्चे का, तो टीचर माता पिता को बुलाते हैं भी तुहाडा बच्चा मन करके स्कूल में हाजिर नहीं रहता, जो उसको पढ़ाया जाता है ग्रहण नहीं करता, शिकायत आते। जी सुल्तानपुर घटना वापरी ना, कभी कभी मैं सोचा सर रोजाना वापरती है, जी सुल्तानपुर घटना वापरी सी ना सर नित पत वरतनी वो घटना भी उसे सतगुरु महाराज ने कहा भी ना को हिंदू ना मुसलमान, कहते जो गल सच है सर जाकर नमाज पढ़ो। हूँ यह सारी बड़ी वार तुम्हें सुनी होगी, सिर्फ संखेप मात्र है भी गुरदेव को कहते गुरदेव जी कहते ना कोई हिंदू ना मुसलमान अल्लाह राम के सब सब परमात्मा का रूप है, एक सिर्फ थोड़े अपने दिते हुए नाम ने, कहते जो गल है सर मस्जिद में जाकर नमाज पढ़ो। हूँ महाराज ने नमाज भी दे अपनी ना भी पहला सच है, गुरदेव की नमाज की व्याख्या भी अपनी भी नमाज पढ़नी, मुसलमान को समझाया भी तू कि असली मुसलमान बनना, गए ने गुरदेव की मस्जिद में, पर कुछ समा बाद वापस परत के आ गए काजी को मौलवी को बड़ा रोह चढ़िया धप चढ़े, फिर दौलत खामोश कैद लाई, कहते ना नानक ने सारी नमाज की तोहीन की, मस्जिद में जाके अल्लाह का अपमान किया, इन्हें नमाज पढ़ी नहीं। महाराज बड़े प्यार पुछते हैं, कहते भी मैं यह गल दसो मैं तो नमाज पढ़ी है तुसा नमाज नहीं पढ़ी, कहते हद हो गई असी नमाज पढ़ी है तुसा नहीं पढ़ी, तुम उठ के बाहर आ गए। महाराज कहते मैंने दसो मौलवी साहब जो नमाज पढ़ी जा रही थी उदों तुहाडा ध्यान कित्थे सी, मौलवी साहब जो नमाज पढ़ी जा रही थी तुहाडा ध्यान कित्थे सी बोला, कहते जी घर घोड़ी ने बच्चे को जन्म दिता सी ते मैं सवेरे सवेरे मस्जिद में आ गया, ध्यान से भी कितने वो घोड़ी का बच्चा बड़ा चंचल है कि खूह में ना डिग पवे, क्यों काजी साहब तुहाडा ध्यान कित्थे सी, कहते मैं अर्ध राम के इलाके में चंगे नसल दी घोड़ियां खरीद लिया से मन करके, कहीं बंदा इंज होंगे ना गुरुद्वारे आ जाता शरीर गुरुद्वारे 2 घंटे बैठने का मन जो बाहर तुरै फिर बाहर की चार दुआरे में घूमता रहता बार बार। महाराज कहते मौलवी साहब को यह दसो काजी साहब ने दसो नमाज तन पढ़नी कि मन पढ़नी, कहते नमाज तो मन पढ़नी, कहते मन के तुहाडे कोई घोड़िया का व्यापार कर रहा है घोड़िया का तुहाडा मन, तो किसका मन घोड़ी के बच्चे का राखी कर रहा है खूह में डिग पवे,
ਇੰਝ ਨਹੀਂ ਲੱਗਦਾ ਵੀ ਸਾਡੇ ਨਾਲ ਰੋਜ਼ ਵਾਪਰਦਾ ਹੱਥ ਵਿੱਚ ਗੁਟਕਾ ਵੀ ਫੜਿਆ ਹੁੰਦਾ ਬਾਣੀ ਦਾ, ਉੱਥੇ ਵੀ ਹੱਥ ਵਿੱਚ ਫੜੀ ਹੁੰਦੀ ਹੈ, ਪਾਠ ਕਰੀ ਜਾ ਰਹੇ, ਜ਼ੁਬਾਨ ਪਾਠ ਕਰ ਰਹੀ ਹੈ ਪਰ ਮਨ ਨੂੰ ਨਹੀਂ ਪਤਾ ਮੈਂ ਪੜ੍ਹ ਕੇ ਰਿਹਾ। ਅੱਜ ਸੰਸਾਰ ਦਾ ਰਸਾਤਲ ਵਿੱਚ ਜਾਣ ਦਾ ਕਾਰਨ ਪਤਾ ਕੀ ਹੈ? ਦੇਹਧਾਰੀ ਗੁਰੂ ਡੰਗ ਦਾ ਅੱਜ ਪੈਦਾ ਹੋਣਾ ਸਭ ਤੋਂ ਵੱਡਾ ਕਾਰਨ ਹੈ ਵੀ ਪਾਠ ਬਹੁਤ ਕੀਤਾ ਜਾ ਰਿਹਾ ਪਰ ਸਮਝ ਕੇ ਨਹੀਂ ਕੀਤਾ ਜਾ ਰਿਹਾ। ਮੇਰੇ ਗੁਰੂ ਪਾਤਸ਼ਾਹ ਕੀ ਕਹਿੰਦੇ? ਸਾਡੇ ਨਾਲ ਇਹ ਜੋ ਵਾਪਰਿਆ ਪੜ੍ਹੀ ਵੀ ਜਾ ਰਿਹਾ, ਉਹ ਗਲਤੀਆਂ ਕਰੀ ਵੀ ਜਾ ਰਹੇ, ਜਿਹਨਾਂ ਗਲਤੀਆਂ ਤੋਂ ਸਤਿਗੁਰ ਨੇ ਬਾਣੀ ਕਿਸਾਨ ਹੋ ਗਏ, ਉਹ ਗੁਨਾਹ ਕਰੀ ਵੀ ਜਾ ਰਿਹਾ। ਜਿਸ ਗੁਨਾਹ ਤੋਂ ਸਤਿਗੁਰ ਦੀ ਬਾਣੀ ਸਭ ਰੋਕਦੀ ਹੈ ਨਾ, ਉਹ ਗੁਨਾਹ ਨਾਲ ਕਿਉਂ ਕਰ ਕੇ ਜੋ ਪੜ੍ਹ ਰਹੇ ਪਤਾ ਨਹੀਂ ਵੀ ਕੀ ਪੜ੍ਹਿਆ ਜਾ ਰਿਹਾ। ਹੁਣ ਬੰਦਾ ਰੋਜ਼ ਜਪੁਜੀ ਸਾਹਿਬ ਦਾ ਪਾਠ ਕਰਦਾ, ਗੁਰਦੇਵ ਜੀ ਸਮਝਾਉਣ ਦੇ ਤਰੀਕੇ ਬੜੇ ਨਿਵੇਕਲੇ ਸਨ, ਜੋਗੀ ਨਾਲ ਗੱਲ ਕੀਤੀ, ਜੋਗੀ ਨੂੰ ਦੇਖੋ ਗੁਰਦੇਵ ਜੀ ਇੰਜ ਸਮਝਾਉਂਦੇ ਨੇ ਵੀ ਜਿਹੜਾ ਵੀ ਬੰਦਾ ਉਹਦੇ ਕੋਲ ਆਇਆ ਨਾ ਉਹਦੀ ਭਾਸ਼ਾ 'ਚ ਗੱਲ ਕੀਤੀ ਮਹਾਰਾਜ ਨੇ। ਜੇ ਕਿਸਾਨ ਆਇਆ, ਕਈ ਵਾਰੀ ਇੰਜ ਕੀਤਾ ਜਾਂਦਾ ਦੇਹਧਾਰੀ, ਖਾਸ ਕਰਕੇ ਸਾਡੇ ਡੇਰੇਦਾਰਾਂ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ, ਇਹ ਬਾਣੀ ਸਮਝ ਤੋਂ ਪਰੇ ਹੱਥ ਹੋ ਗਈ। ਬਾਣੀ ਦੀ ਇਹ ਕਿ ਤੁੱਕ ਇੰਨੀ ਸੌਖੀ ਹੈ ਵੀ ਬਾਣੀ ਦੀ ਬਾਣੀ ਤਾਂ ਮਿੱਠੀ ਹੈ, ਇਹ ਤਾਂ ਸਮਝ ਵਿੱਚ ਆਉਂਦੀ ਹੈ, ਇਹਦੀ ਇਹ ਜਿਹੜੀ ਵਿਚਾਰ ਨੂੰ ਜ਼ਿੰਦਗੀ ਵਿੱਚ ਉਸਾਇਆ ਜਾ ਸਕਦਾ। ਇਹ ਉਹਨਾਂ ਲੋਕਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਜਿਹਨਾਂ ਨੂੰ ਖਤਰਾ ਭਾਸਦਾ ਵੀ ਜੇ ਬਾਣੀ ਨੂੰ ਸਮਝ ਆ ਗਈ ਸਾਡੀ ਲੋਟ ਕਸੁੱਟ ਬੰਦ ਹੋ ਜਾਏਗੀ। ਬਾਣੀ ਤਾਂ ਬੜੀ ਸੌਖੀ ਹੈ। ਮੈਂ ਤੁਹਾਡੇ ਸਾਹਮਣੇ ਦੋ ਤਿੰਨ ਉਦਾਹਰਣ ਦੇਣ ਲੱਗਾ। ਜਿਹੜਾ ਬੰਦਾ ਕਦੀ ਸਕੂਲ ਵਿੱਚ ਨਹੀਂ ਗਿਆ, ਜਿਹਨੂੰ ਇੱਕ ਅੱਖਰ ਪੜ੍ਹਨਾ ਲਿਖਣਾ ਨਹੀਂ ਆਉਂਦਾ, ਬਾਣੀ ਤਾਂ ਉਹਨੂੰ ਸਮਝ ਵਿੱਚ ਆਉਂਦੀ। ਮੈਂ ਤੁਹਾਡੇ ਸਾਹਮਣੇ ਦੋ ਤਿੰਨ ਉਦਾਹਰਣ ਦੇਣਾ, ਧਿਆਨ ਨਾਲ ਸੁਣੋ। ਹੁਣ ਜਦੋਂ ਅਸੀਂ ਆਹ ਬਾਣੀ ਦੀ ਤੁੱਕ ਪੜ੍ਹਦੇ ਨਹੀਂ, ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸਿਵਕ ਹੈ ਕਾਰ ਰਸ, ਦੱਸੋ ਭਲਾ ਜੀ ਇਹ ਕਿਸ ਨੂੰ ਨਹੀਂ ਸਮਝ ਆਈ ਵੀ ਮਨ ਜਦੋਂ ਵੇਚਿਆ ਜਾਏਗਾ ਕਾਰਨ ਤਾਂ ਰਾਸ ਹੁੰਦਾ, ਤੇ ਜਿਹੜੀ ਚੀਜ਼ ਵੇਚ ਦਿੱਤੀ ਜਾਏਗਾ ਵੇਚਣ ਵਾਲੇ ਦਾ ਬਾਅਦ ਵਿੱਚ ਉਸ ਚੀਜ਼ ਦੇ ਅਧਿਕਾਰ ਕੋਈ ਮਿਲੇਗਾ। ਤੁਸੀਂ ਮੰਨ ਲਓ ਗੱਡੀ ਤੁਹਾਡੇ ਕੋਲ ਆ ਜਾਏ, ਜਦੋਂ ਤੱਕ ਗੱਡੀ ਤੁਹਾਡੇ ਕੋਲ ਹੈ ਨਾ ਗੱਡੀ ਦੇ ਤੁਸੀਂ ਮਾਲਕ ਹੋ, ਤੁਸੀਂ ਜਾਓ ਤੇ ਪੰਜ ਬੰਦੇ ਗੱਡੀ 'ਚ ਬਿਠਾਓ ਤੁਹਾਡੀ ਮਰਜ਼ੀ, ਚਾਰ ਬਿਠਾਓ ਤੁਹਾਡੀ ਮਰਜ਼ੀ ਹੈ, ਗੱਡੀ ਵਿੱਚ ਇੱਕ ਬੰਦਾ ਬਿਠਾਓ ਤੁਹਾਡੀ ਮਰਜ਼ੀ ਹੈ, ਗੱਡੀ ਰੋਜ਼ ਸਾਫ਼ ਕਰੋ ਤੁਹਾਡੀ ਮਰਜ਼ੀ ਹੈ, ਗੱਡੀ ਰੋਜ਼ ਸਾਫ਼ ਨਾ ਕਰੋ ਤੁਹਾਡੀ ਸੀ। ਪਰ ਜਦੋਂ ਤੁਸੀਂ ਗੱਡੀ ਵੇਚ ਦਿੱਤੀ, ਤੁਸੀਂ ਗੱਡੀ ਸੇਲ ਕਰ ਦਿੱਤੀ, ਉਸ ਤੋਂ ਬਾਅਦ ਪਹਿਲਾਂ ਤੁਹਾਡਾ ਉਸ ਗੱਡੀ 'ਤੇ ਅਧਿਕਾਰ ਹੈ। ਕੋਈ ਅਗਲਾ ਬੰਦਾ ਭਾਵੇਂ ਉਹਦਾ ਉਹਨੂੰ ਪੈਂਚਰ ਲਵਾਵੇ ਨਾ ਲਵਾਵੇ, ਉਹਨੂੰ ਸਾਫ਼ ਕਰੇ ਨਾ ਕਰੇ, ਤੁਹਾਡਾ ਤਾਂ ਹੱਕ ਕੋਈ ਰਿਹਾ ਹੀ ਨਾ ਉਸ ਗੱਡੀ 'ਤੇ, ਕਿਉਂਕਿ ਤੁਸੀਂ ਵੇਚ ਕੇ ਤੁਸੀਂ ਤਾਂ ਉਹਦੇ ਬਦਲੇ ਪੈਸਾ ਲੈਂਦੇ ਹੋ, ਜ਼ਮੀਨ ਬੈਕ ਕੀਤੀ ਜਾਂਦੀ ਹੈ, ਦੁਕਾਨ ਘਰ ਜ਼ਮੀਨ, ਜਦੋਂ ਤੱਕ ਜ਼ਮੀਨ ਤੁਹਾਡੀ ਤੁਹਾਡੀ ਮਰਜ਼ੀ ਮੁਤਾਬਕ ਫਸਲ ਬੀਜੀ ਜਾਣੀ ਉਹਦਾ ਠੇਕਾ, ਜੇ ਤੁਸੀਂ ਠੇਕੇ ਦਿੱਤੀ ਹੈ ਤੁਹਾਨੂੰ ਉਹਦਾ ਸਾਲ ਬਾਅਦ ਠੇਕਾ ਆ ਜਾਣਾ ਵੀ ਇੰਨੇ ਪੈਸੇ ਵਿੱਚ ਮੈਂ ਸਾਲ ਵਾਸਤੇ ਪੈਸੇ ਜ਼ਮੀਨ ਦੇ ਦਿੱਤੀ ਹੈ। ਜੇ ਪੱਕੀ ਵੇਚ ਦਿੱਤੀ ਹੈ ਤਾਂ ਫਿਰ ਉਹਦੇ ਵਿੱਚ ਕੀ ਬੀਜਣਾ ਹੈ ਵੇਚਣ, ਜਿਹਨੇ ਖਰੀਦੀ ਹੈ ਉਹਦੀ ਆਪਣੀ ਮਰਜ਼ੀ ਹੈ, ਹੱਦ ਹੋ ਗਈ। ਜ਼ਮੀਨ ਵੇਚਣ ਤੋਂ ਬਾਅਦ ਮਾਲਕ ਦੀ ਮਰਜ਼ੀ ਹੈ, ਘਰ ਵੇਚਣ ਤੋਂ ਬਾਅਦ ਜਿਹਨੇ ਖਰੀਦਿਆ ਉਹਦੀ ਮਰਜ਼ੀ ਹੈ ਘਰ ਵਿੱਚ ਕਿੱਦਾਂ ਰਹਿਣਾ। ਹੁਣ ਮੰਨ ਲਓ ਜਦੋਂ ਤੱਕ ਸਾਡਾ ਘਰ ਹੈ, ਅਸੀਂ ਕਹਿੰਦੇ ਹਾਂ ਵੀ ਇੱਥੇ ਦੋ ਬੈਡਰੂਮ ਨੇ, ਇਹ ਕਿਚਨ ਹੈ, ਇਹ ਲੋਬੀ ਹੈ, ਜਿਹਨੇ ਖਰੀਦ ਲਿਆ ਉਹਨਾਂ ਨੇ ਮੈਨੂੰ ਪਸੰਦ ਨਹੀਂ, ਮੈਂ ਥੋੜ੍ਹਾ ਢਾਹ ਕੇ ਦੂਜੇ ਤਰੀਕੇ ਨਾਲ ਬਣਾਉਂਦਾ, ਅਸੀਂ ਵੇਚ ਕੇ ਉਹਨੂੰ ਦਖਲ ਦੇ ਸਕਦੇ ਬਾਅਦ ਉਹਦੇ ਬਾਰੇ। ਹੁਣ ਫਿਰ ਤੁਸੀਂ ਕਹਿੰਦੇ ਨਹੀਂ ਢਾਹਣਾ ਇਹਨੂੰ, ਉਹ ਕਹੇਗਾ ਭਾਈ ਤੈਨੂੰ ਉਹਦੇ ਨਾਲ ਕੀ ਮਤਲਬ ਹੈ, ਤੂੰ ਪੈਸੇ ਲੈ ਲੈ ਨਾ, ਤੂੰ ਪੈਸੇ ਲੈ ਲੈ, ਮੇਰੀ ਮਰਜ਼ੀ ਇਹਨੂੰ ਮੈਂ ਢਾਹਾਂ ਬਣਾਵਾਂ, ਜਿੱਥੇ ਤੂੰ ਕਿਚਨ ਬਣਾਇਆ ਮੈਂ ਇੱਥੇ ਬੈਡਰੂਮ ਬਣਾਵਾਂ, ਤੈਨੂੰ ਉਹਦੇ ਨਾਲ ਕੀ ਮਤਲਬ ਹੈ, ਤੁਸੀਂ ਪੈਸੇ ਲੈ ਲੈ। ਘਰ ਵੇਚਣ ਤੋਂ ਬਾਅਦ ਸਾਡਾ ਨਹੀਂ, ਦੁਕਾਨ ਵੇਚਣ ਤੋਂ ਬਾਅਦ ਸਾਡਾ ਅਧਿਕਾਰ ਨਹੀਂ, ਜ਼ਮੀਨ ਵੇਚਣ ਤੋਂ ਬਾਅਦ, ਕੋਠੀ ਵੇਚਣ ਤੋਂ ਬਾਅਦ ਸਾਡਾ ਅਧਿਕਾਰ ਨਹੀਂ, ਪਰ ਮਨ ਗੁਰੂ ਅੱਗੇ ਵੇਚਣ ਤੋਂ ਬਾਅਦ ਫਿਰ ਮਨ ਉੱਤੇ ਆਪਣਾ ਅਧਿਕਾਰ ਹੈ। ਜੇ ਮਨ ਇੱਕ ਵਾਰ ਗੁਰਦੁਆਰੇ ਆ ਕੇ ਗੁਰੂ ਦਾ ਬਣ ਗਿਆ, ਕਿਉਂ ਜੀ ਦੁਬਾਰਾ ਸ਼ਰਾਬ ਪੀਣ ਨੂੰ ਚਿੱਤ ਕਰੇਗਾ? ਦੁਬਾਰਾ ਇੱਕ ਵਾਰ ਜਿਹਨੇ ਮਨ ਗੁਰੂ ਨੂੰ ਵੇਚ ਦਿੱਤਾ, ਦੁਬਾਰਾ ਚਿੱਤ ਕਰੇਗਾ ਵੀ ਮੈਂ ਜਾ ਕੇ ਦਾਰੂ ਪੀਵਾਂ, ਮੈਂ ਜਾ ਕੇ ਵੇਸ਼ਵਾ ਦੇ ਦੇਵੀ ਨੂੰ ਤਾਂ ਚੜ੍ਹਾਂ, ਮੈਂ ਕਰਮ ਕਰਾਂ, ਮੈਂ ਅਪਰਾਧ ਕਰਾਂ, ਮੈਂ ਬੇਈਮਾਨੀਆਂ ਕਰਾਂ, ਮੈਂ ਗੁਰੂ ਨੂੰ ਛੱਡ ਕੇ ਕਿਸੇ ਥਾਂ ਥਾਂ ਤੇ ਮੱਥੇ ਟੇਕਾਂ, ਜਿੱਤ ਕਰੇਗਾ ਜਿਹੜੇ ਇੱਕ ਵਾਰ ਗੁਰੂ ਨੂੰ ਆਪਣਾ ਮਨ ਅਰਪਣ ਕਰ ਦਿੱਤਾ। ਜਦੋਂ ਤੂੰ ਮਨ ਅਰਪਣ ਕਰਦਾ, ਹੁਣ ਮਨ ਤੇਰਾ, ਹੁਣ ਸਿਰ ਤੇਰਾ ਫਿਰ ਮਨ ਵੇਚੈ ਸਤਿਗੁਰ ਕੈ ਪਾਸ, ਜੇ ਮਨ ਗੁਰੂ ਨੂੰ ਵੇਚ ਦਿੱਤਾ, ਜਿਹੜੀ ਚੀਜ਼ ਵੇਚ ਦਿੱਤੀ ਉਹ ਤੇ ਅਧਿਕਾਰ ਸਾਡਾ ਕਾਹਦਾ। ਜਦੋਂ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਲਈ ਜਾਂਦੀ, ਉਸ ਵਕਤ ਇਹੋ ਹੀ ਗੱਲ ਕਹੀ ਜਾਂਦੀ ਵੀ ਮਨ ਉਸ ਵਕਤ ਪੰਜ ਪਿਆਰੇ ਬਕਾਇਦਾ ਪੁੱਛਦੇ ਵੀ ਭਾਈ ਅੱਜ ਤੁਸੀਂ ਮਜ਼ਬੂਰੀ ਵਾਸਤੇ ਨਹੀਂ ਆਏ। ਜਦੋਂ ਆਹ ਬੱਚੇ ਬੱਚੇ ਦੀਆਂ ਲਾਵਾਂ ਹੁੰਦੀਆਂ ਨੇ ਨਾ, ਉਸ ਵਕਤ ਵੀ ਅਸਲ ਮਰਿਆਦਾ ਇਹ ਹੈ ਵੀ ਲੜਕੇ ਲੜਕੀ ਦੀਆਂ ਲਾਵਾਂ ਤੋਂ ਪਹਿਲਾਂ ਮਰਿਆਦਾ ਪੜ੍ਹੋ, ਕਾਲ ਤੱਕ ਤੁਰਨ ਜਿਹੜੀ ਪ੍ਰਵਾਨ ਤੇ ਉਹਦੇ ਵਿੱਚ ਬਕਾਇਦਾ ਲਿਖਿਆ ਜਦੋਂ ਲੜਕੀ ਲੜਕੇ ਦੀਆਂ ਲਾਵਾਂ ਹੋਣ ਨਾ, ਉਸ ਵਕਤ ਲਾਵਾਂ ਤੋਂ ਪਹਿਲਾਂ ਤਾਬਿਆ ਬੈਠਾ ਭਾਈ ਸਾਹਿਬ ਲੜਕੀ ਲੜਕੇ ਨੂੰ ਸੰਬੋਧਨ ਕਰਕੇ ਲੜਕੀ ਨੂੰ ਫਰਜ਼ ਦੱਸੇ ਸਹੁਰੇ ਘਰ ਜਾ ਕੇ ਤੇਰੇ ਜ਼ਿੰਮੇਵਾਰੀਆਂ ਕੀ ਨੇ, ਤੇ ਲੜਕੇ ਨੂੰ ਦੱਸੇ ਵੀ ਤੇਰੀਆਂ ਜ਼ਿੰਮੇਵਾਰੀਆਂ ਕੀ ਨੇ ਲੜਕੀ ਪ੍ਰਤੀ। ਜੇ ਦੋਵੇਂ ਜਾਣੇ ਸਹਿਮਤ ਹੋ ਜਾਣ, ਉਸ ਤੋਂ ਬਾਅਦ ਆਨੰਦ ਕਰ ਦੀ
ਜਿਹੜੀ ਇਹ ਮਰਿਆਦਾ ਉਹ ਨਿਭਾਈ ਜਾਵੇ। ਇਹ ਦੂਜੇ ਨੰਬਰ ਕਿਉਂ ਇਹਦਾ ਹੀ ਪੰਜ ਪਿਆਰੇ ਤੋਂ ਖੰਡੇ ਦੀ ਪਹੁੰਚ ਪਾਉਂਦੇ ਪਹਿਲਾਂ ਉਹਦੇ ਕੋਲ ਲਾਲਚ ਅਧੀਨ ਤੇ ਨਹੀਂ ਗੁਰਦੁਆਰੇ ਆਇਆ, ਕੋਈ ਪ੍ਰੈਸ਼ਰ ਅਧੀਨ ਤੇ ਨਹੀਂ ਆਇਆ ਵੀ ਤੈਨੂੰ ਕਿਸੇ ਨੇ ਲਾਲਚ ਦਿੱਤਾ ਉਹ ਵੀ ਖੰਡੇ ਦੀ ਪਹੁੰਚ ਲਿਆ ਤੈਨੂੰ ਆਹ ਮਿਲਣਾ, ਮਤਲਬ ਪੰਜਾਬ ਕਰੇ ਖੰਡੇ ਦੀ ਪਹੁੰਚ ਲੈਣੀ ਤੈਨੂੰ ਆਹ ਚੀਜ਼ ਮਿਲੇ ਕੋਈ ਲਾਲਚ ਤੇ ਨਹੀਂ। ਉਹ ਕਹਿੰਦਾ ਨਹੀਂ, ਤੈਨੂੰ ਕਹਿੰਦੇ ਡਰਾ ਕੇ ਭੇਜਿਆ ਹੋਵੇ, ਕਹਿੰਦਾ ਨਹੀਂ। ਫਿਰ ਕਿੱਦਾਂ ਆਇਆ? ਕਹਿੰਦਾ ਮਨ ਦੀ ਖੁਸ਼ੀ ਨਾਲ ਆਇਆ, ਮੈਂ ਆਪਣੇ ਮਨ ਦੇ ਚਾਅ ਨਾਲ ਆਇਆ, ਮੇਰਾ ਮਨ ਕਰਦਾ ਸੀ ਇਸ ਕਰਕੇ ਮੈਂ ਗੁਰੂ ਵਾਲਾ ਪੜ੍ਹਨ ਆਇਆ। ਫਿਰ ਉਹ ਕਹਿੰਦੇ ਫਿਰ ਵੇਖ ਲਾ ਜੇ ਮਨ ਦੀ ਖੁਸ਼ੀ ਨਾਲ ਆਇਆ, ਹੁਣ ਜਦੋਂ ਘਰ ਵੇਚਦਾ ਬੰਦਾ ਆਪਣੇ ਮਨ ਦੇ ਚਾਅ ਨਾਲ ਹੀ ਵੇਖਦਾ। ਕਹਿੰਦਾ ਮੈਂ ਸਹਿਮਤ ਹਾਂ, ਮੈਂ ਕਿਸੇ ਕੋਲ ਡਰ ਕੇ ਘਰ ਥੋੜ੍ਹਾ ਵੇਚ ਰਿਹਾ, ਮੈਂ ਕਿਸੇ ਕੋਲ ਡਰ ਕੇ ਆਪਣੀ ਗੱਡੀ ਥੋੜ੍ਹਾ ਵੇਚ ਰਿਹਾ, ਮੈਨੂੰ ਲੋੜ ਹੈ, ਮੈਨੂੰ ਜ਼ਰੂਰਤ ਹੈ, ਮੇਰਾ ਵੱਡੇ ਘਰ ਨਾਲ ਨਹੀਂ ਛੋਟੇ ਘਰ ਨਾਲ ਸਰਦਾ, ਮੈਂ ਇਸ ਕਰਕੇ ਵੇਚ ਦੇਣਾ। ਮੈਂ ਆਪਣੇ ਆਪਣੇ ਟੱਬਰ ਨਾਲ ਸਲਾਹ ਕੀਤੀ ਹੈ। ਜਦੋਂ ਪੰਜ ਪਿਆਰੇ ਪੁੱਜ ਰਹੇ ਉਦੋਂ ਪੁੱਛਿਆ ਜਾਂਦਾ, ਭਾਈ ਡਰ ਕਰਕੇ ਲਾਲਚ ਕਰਕੇ ਨਹੀਂ ਆਏ, ਮਨ ਦੀ ਖੁਸ਼ੀ ਨਾਲ ਆਏ? ਜੇ ਕਦੇ ਬਿਲਕੁਲ ਮਨ ਦੀ ਖੁਸ਼ੀ ਨਾਲ ਆਏ, ਕਦੇ ਮਨ ਦੀ ਖੁਸ਼ੀ ਨਾਲ ਆਇਓ। ਅਤੇ ਅੱਜ ਤੋਂ ਬਾਅਦ ਜਿਹੜਾ ਇਹ ਸਿਰ ਹੈ ਫਿਰ ਤੁਹਾਡਾ ਨਹੀਂ ਹੁੰਦਾ, ਗੁਰੂ ਦਾ ਹੋਏ। ਕਹਿੰਦੇ ਹਾਂ ਗੁਰੂ ਦਾ ਹੋਏ, ਪਰ ਤੁਹਾਨੂੰ ਖੰਡੇ ਦੀ ਪੌਲ ਲੈਣ ਤੋਂ ਬਾਅਦ ਵੀ ਥਾਂ ਥਾਂ 'ਤੇ ਮੱਥੇ ਟੇਕਣ ਵਾਲੇ ਬੰਦੇ ਕਿਉਂ ਦਿਸ ਪੈਂਦੇ? ਉਹਦੇ ਪਿੱਛੇ ਕਾਰਨ ਮਨ ਨੇ ਗੁਰੂ ਅਰਪਣ ਕੀਤਾ, ਸਰੀਰ ਤਾਂ ਬਹੁਤ ਇੱਦਾਂ ਦੇ ਬ੍ਰਾਹਮਣ ਵਿਰੋਧ ਗੁਰੂ ਨੂੰ ਕਹੀ ਜਾਂਦਾ ਸੀ। ਜਦੋਂ ਸਤਿਗੁਰ ਨੇ ਜਨੇਊ ਦੀ ਗੱਲ ਕੀਤੀ, ਕਿੱਡੀ ਕਮਾਲ ਦੀ ਗੱਲ, ਦਇਆ ਕਿਰਪਾ ਸੰਤੋਖ ਸੁਤ ਜਗ ਗੰਢੀ ਸਭ ਵਟ, ਇਹ ਜਨੇਊ ਜੀ ਕਹਾਈ ਤਾਂ ਪਾਂਡੇ ਕਰ ਕੇ ਕਿਉਂ ਕਰਨਾ? ਗੁਰਦੇਵ ਨੇ ਕਹਿ ਦਿੱਤਾ, ਕਹਿਣ ਕਿ ਮਨ ਅਰਪਣ ਕਰਨਾ, ਇਹ ਜਨੇਊ ਜੀ ਕਾ ਦਇਆ ਸਭ ਸੰਤੋਖ ਕਰਨ, ਇਹ ਦੈਵੀ ਗੁਣ ਆਪਣੇ ਜੀਵਨ ਦੇ ਵਿੱਚ ਵਸਾਉਣੇ ਨੇ ਲੋਕ, ਇਹ ਜੀਵਨ ਦੇ ਵਿੱਚ ਗੱਲਾਂ ਲੈ ਕੇ ਆਉਣੀਆਂ ਨੇ ਲੋਕ ਨੇ ਆਪਣੇ ਜੀਵਨ ਦੇ। ਹੁਣ ਕਿੰਨੀਆਂ ਕਮਾਲ ਦੀਆਂ ਗੱਲਾਂ ਸਤਿਗੁਰ ਨੇ ਬਾਣੀ ਲਿਖੀ। ਖੈਰ ਗੱਲ ਕਰਦੇ ਸੀ ਕਿ ਸਤਿਗੁਰ ਨੇ ਇੰਨੀ ਸੌਖੀ ਭਾਸ਼ਾ ਦੀ ਬਾਣੀ ਉਚਾਰਨ ਕੀਤੀ ਵੀ ਇਹ ਬੰਦਾ ਆਪ ਕਦੇ ਮੈਨੂੰ ਸਮਝ ਨਹੀਂ ਆਉਂਦੀ, ਉਹਦੀ ਵੱਖਰੀ ਨਲੈਕੀ ਹੈ, ਪਰ ਬਾਣੀ ਦੀ ਇਹ ਕਿ ਦੋ ਬੰਦੇ ਨੂੰ ਸਮਝ ਵਿੱਚ ਆਉਂਦੀ ਹੈ। ਜਿਵੇਂ ਕਿ ਉਦਾਹਰਣ ਦੇ ਤੌਰ 'ਤੇ ਸਤਿਗੁਰ ਨੇ ਜੋਗੀ ਨਾਲ ਗੱਲ ਕੀਤੀ, ਜੋਗੀ ਨੂੰ ਬਿਠਾ ਕੇ ਕਹਿੰਦੇ ਵੀ ਹੇ ਜੋਗੀ ਤੂੰ ਕੰਨ 'ਚ ਮੁੰਦਰਾਂ ਕਿਉਂ ਪਾਈਆਂ ਨੇ? ਜੋਗੀ ਕਹਿੰਦਾ ਇਸ ਕਰਕੇ ਵੀ ਦੁਨੀਆਂ ਨੂੰ ਪਤਾ ਲੱਗ ਜਾਏ ਮੈਂ ਇਸ ਰੱਬ ਦੇ ਰਸਤੇ 'ਤੇ ਤੁਰਿਆ ਹੋਇਆ। ਇਸ ਜਿਹੜਾ ਵੀ ਦੁਨੀਆਂ 'ਤੇ ਬੰਦਾ ਰੱਬ ਦੇ ਰਸਤੇ 'ਤੇ ਤੁਰਨ ਦਾ ਦਾਅਵਾ ਕਰਦਾ ਸੀ, ਉਹਨੂੰ ਕੁਝ ਵੱਖਰੀਆਂ ਨਿਸ਼ਾਨੀਆਂ ਰੱਖਣੀਆਂ ਪੈਂਦੀਆਂ ਸੀ ਵੀ ਲੋਕਾਂ ਨੂੰ ਪਤਾ ਲੱਗੇ ਮੈਂ ਭਗਤ ਹਾਂ। ਭੇਕਦਾ ਤਾਂ ਪਤਾ ਨਹੀਂ, ਭੇਕਦਾ ਤਾਂ ਪਹਿਰਾਵਾ ਨਹੀਂ ਹੈ, ਭੇਕਦਾ ਸਬੰਧ ਵਰਦੀ ਨਹੀਂ ਹੈ। ਆ ਜਿਹੜੇ ਨਾਗੇ ਸਾਧੂ ਤੁਰੇ ਫਿਰ ਰਿਹਾ, ਕੁੰਭ ਦਾ ਮੇਲਾ ਲੱਗਾ ਸੀ, ਤਾਂ ਤੇ ਭਾਰਤ ਵਿੱਚ ਇੱਕ ਇੱਦਾਂ ਦਾ ਵੇਖਦਾ ਜਿਹੜਾ ਬਿਲਕੁਲ ਕੱਪੜਾ ਨਹੀਂ ਪਹਿਨਦਾ, ਉਹ ਵੀ ਤਾਂ ਵੇਖੀ ਨੇ, ਤਾਂ ਤੇ ਕੱਪੜਾ ਵੀ ਨਾ ਪਹਿਨ ਕੇ ਜੇ ਗੁਮਰਾਹ ਕੀਤਾ ਜਾ ਰਿਹਾ ਤਾਂ ਭੇਕ ਹੈ, ਨਾਗੇ ਸਾਧੂ ਤਾਂ ਤੇ ਕੱਪੜਾ ਨਹੀਂ ਪਹਿਨਦੇ, ਇੱਕ ਇੱਕ ਰੀਲ ਵੀ ਆਪਣੇ ਕੱਪੜੇ 'ਤੇ ਨਹੀਂ ਰੱਖਦੇ। ਇਸ ਵਕਤ ਜਿਹੜੇ ਦੁੱਧ ਤੰਗ ਨੇ ਢੱਕਣੇ ਚਾਹੀਦੇ ਇਨਸਾਨ ਨੂੰ ਇਨਸਾਨੀਅਤ ਤੌਰ 'ਤੇ, ਉਹਨਾਂ ਨੂੰ ਵੀ ਆਮ ਰੱਖਦੇ ਨੇ ਅਤੇ ਲੋਕ ਉਹਨਾਂ ਦੀ ਪੂਜਾ ਕਰਦੇ ਨੇ। ਭੇਕ ਹੁਣ ਕੀ ਕਹੋਗੇ ਤੁਸੀਂ, ਤੰਗ ਦੇ ਵਰਗ 'ਚ ਕੋਈ ਵੀ ਨਹੀਂ ਪਾਈ ਉਹਨਾਂ ਨੇ, ਪਰ ਭੇਕ ਹੈ, ਲੋਕ ਜਾਂਦੇ ਨੇ ਮੱਥੇ ਟੇਕੀ ਜਾਂਦੇ ਨੇ, ਕਿੱਡਾ ਵੱਡਾ ਅਪਰਾਧ, ਕਿੱਡੀ ਵੱਡੀ ਸ਼ਰਮ ਦੀ ਗੱਲ, ਕੁਝ ਸਾਨੂੰ ਸ਼ਰਮ ਹਜ਼ਾਰ ਦਿੱਤੀ ਸੀ, ਉਹ ਸਾਰੀ ਸਿੱਕੇ 'ਤੇ ਟੰਗ ਦਿੱਤੀ ਉਹਨਾਂ ਨੇ। ਹੁਣ ਕਾਰਨ ਕੀ ਹੈ? ਕਾਰਨ ਇਹ ਸੀ, ਸਤਿਗੁਰ ਨੇ ਆ ਕੇ ਤੁਸੀਂ ਕੰਨਾਂ 'ਚ ਮੁੰਦਰਾਂ ਕਿਉਂ ਪਾਈਆਂ? ਕਿਉਂਕਿ ਇਸ ਵਾਸਤੇ ਪਾਈਆਂ ਵੀ ਜਦੋਂ ਅਸੀਂ ਦੁਨੀਆਂ 'ਤੇ ਤੁਰੀਏ ਲੋਕਾਂ ਨੂੰ ਇਹਨੇ ਲੱਗੇ ਵੀ ਅਸੀਂ ਰੱਬ ਦੇ ਰਸਤੇ 'ਤੇ ਤੁਰੇ ਹੋਏ, ਸੰਤੋਖ ਧਾਰਨ ਕੀਤਾ। ਮਹਾਰਾਜ ਨੇ ਪੁੱਛਿਆ ਬੜੀ ਕੀਮਤੀ ਗੱਲ, ਕਹਿਣ ਲੱਗੇ ਵੀ ਤੁਸੀਂ ਕੰਨ 'ਚ ਮੁੰਦਰਾਂ ਪਾਈਆਂ, ਕੰਨ ਮਿਲਿਆ ਤਾਂ ਹੀ ਮੁੰਦਰ ਪਈ ਹੈ, ਇਹ ਕਰਦੇ ਮੁੰਦਰਾਂ ਹੀ ਪਾਉਣੀਆਂ ਅਤੇ ਸੰਤੋਖ ਦੀਆਂ ਪਾ ਲਓ। ਹੁਣ ਸੰਤੋਖ ਦੀਆਂ ਮੁੰਦਰਾਂ ਪਾਉਣ ਵਾਸਤੇ ਕੰਨ ਵਿੱਚ ਮੋਲੀ ਕਰਨ ਦੀ ਲੋੜ ਤਾਂ ਨਹੀਂ ਹੈਗੀ, ਕੰਨ ਛੇਕ ਕਰਨ ਦੀ ਜ਼ਰੂਰਤ ਨਹੀਂ ਹੈਗੀ। ਜਦੋਂ ਜੋਗੀ ਨਾਲ ਗੱਲ ਕੀਤੀ ਮਹਾਰਾਜ ਦੇ ਮੁੰਦਾ ਸੰਤੋਖ, ਹੁਣ ਜੇ ਰੋਜ਼ ਆਪਣੇ ਘਰ ਜਪਜੀ ਸਾਹਿਬ ਦਾ ਪਾਠ ਕਰਦਾ, ਇਸ ਪੌੜੀ ਨੂੰ ਪੜ੍ਹੀ ਕਿ ਉਹ ਜੀ ਪਤੀ ਦਾ ਦਿਲ ਕਰੇਗਾ ਵੀ ਜਿਹੜੇ ਜਿਹੜੀ ਪਤਨੀ ਪੇਕੇ ਘਰੋਂ ਉੱਠ ਕੇ ਮੇਰੇ ਘਰ ਆ ਗਈ, ਮੈਂ ਇਹਦੇ ਬਾਪ ਕੋਲੋਂ ਦਾਜ ਵੀ ਮੰਗਾਂ। ਜੇ ਸੰਤੋਖ ਹੀ ਆ ਗਿਆ ਦਾਜ ਕਰ, ਜੇ ਜੀਵਨ 'ਚ ਸੰਤੋਖ, ਇੱਕ ਪੁਰਸ਼ ਅਫਸਰ ਦੇ ਜੀਵਨ 'ਚ ਸੰਤੋਖ ਆ ਜਾਏ ਬੰਦਾ ਰਿਸ਼ਵਤ ਲਵੇਗਾ, ਇੱਕ ਵਕੀਲ ਦੇ ਮਨ 'ਚ ਸੰਤੋਖ ਆ ਜਾਏ ਤੇ ਉਹ ਗਲਤ ਤਰੀਕੇ ਨਾਲ ਮਾਇਆ ਕਮਾਏਗਾ। ਹੁਣ ਸਾਰੇ ਸੰਤੋਖੀ, ਜੇ ਹਰ ਬੰਦਾ ਸੰਤੋਖੀ ਹੋ ਜਾਏ, ਦੁਨੀਆਂ ਤੋਂ ਬੇਈਮਾਨੀਆਂ ਹੋ ਗਈਆਂ ਨਾ, ਜੇ ਹਰ ਬੰਦਾ ਆਪਣੇ ਜੀਵਨ 'ਚ ਸੰਤੋਖ ਧਾਰਨ ਕਰ ਲਿਆ, ਜੇ ਸੱਸ ਦੇ ਜੀਵਨ 'ਚ ਸੰਤੋਖ ਆ ਜਾਏ, ਕਦੀ ਟੋਰਚਰ ਕਰੇਗੀ ਮਾਨਸਿਕ ਤੌਰ 'ਤੇ ਲੋਨ ਨੂੰ ਵੀ ਤੂੰ ਪੇਕੇ ਗਈ ਆਹ ਚੀਜ਼ ਕਿਉਂ ਨਹੀਂ ਲੈ ਕੇ ਆਈ? ਉਹ ਕਹੇਗੀ ਨਾ, ਮੇਰੇ ਪੁੱਤ ਨੇ ਮੈਨੂੰ ਸਭ ਕੁਝ ਘਰੇ ਲੈ ਕੇ ਦਿੱਤਾ, ਮੈਨੂੰ ਕੀ ਲੋੜ ਹੈ ਵੇਖਣ ਦੀ? ਜੇ ਸੰਤੋਖ ਹੁਣ ਗੁਰਦੇਵ ਕਹਿੰਦੇ ਮੁੰਦਰਾਂ 'ਤੇ ਕਿਵੇਂ ਤੁਸੀਂ ਲੋਕ ਪਾਓਗੇ, ਸੰਤੋਖ ਦੀਆਂ ਮੁੰਦਰਾਂ ਪਾਓ ਅਤੇ ਸੰਤੋਖ ਜੀਵਨ 'ਚ ਹੋਏਗਾ ਤਾਂ ਦੱਸਣ ਦੀ ਲੋੜ ਨਹੀਂ ਪਵੇਗੀ ਰੱਬ ਦੇ ਰਸਤੇ 'ਤੇ ਤੁਰਿਆ ਹੋਇਆ। ਡੱਬਰ ਵਿੱਚ ਨਾ, ਆਪਣੇ ਡੱਬਰ 'ਚ, ਆਪਣੇ ਪਰਿਵਾਰ 'ਚ ਇੱਕ ਵੀ ਜੀ ਸੰਤੋਖੀ ਹੋਵੇ ਨਾ, ਸਾਰੇ ਪਰਿਵਾਰ ਨੂੰ ਕੀ, ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ? ਤੁਸੀਂ ਕਦੀ ਬੱਚਿਆਂ 'ਚ ਵੀ ਦੇਖਿਓ, ਆਪਣੇ ਬੱਚਿਆਂ 'ਚ ਵੀ ਦੇਖ ਲਿਓ, ਤੁਸੀਂ ਕਦੀ ਕਈ ਵਾਰੀ ਆਪਾਂ ਤੁਲਨਾ ਕਰਦੇ ਨਾ ਵੀ ਸਾਡੇ ਬੇਟੇ ਦੇ ਮੁਕਾਬਲੇ 'ਤੇ ਬੇਟੀ ਬਹੁਤ ਸੰਤੋਖੀ ਹੈ, ਕਈ ਵਾਰੀ ਆਪਾਂ ਤੁਲਨਾ ਕਰਦੇ ਵੀ ਬੇਟੀ ਨਾਲੋਂ ਬੇਟਾ ਬੜਾ ਸੰਤੋਖੀ ਹੈ, ਵੱਡੇ ਭਰਾ ਨਾਲੋਂ ਛੋਟਾ ਭਰਾ ਬੜਾ ਸੰਤੋਖੀ ਹੈ। ਸੰਤੋਖ ਦਾ ਅਰਥ ਜਿਵੇਂ ਸੰਤੁਸ਼ਟੀ, ਵੀ ਮੈਂ ਸੰਤੁਸ਼ਟ ਹਾਂ, ਵੀ ਮੈਨੂੰ ਹੁਣ ਬਸ ਹੋਰ ਮੇਰੇ ਅੰਦਰ ਭੁੱਖ ਨਹੀਂ ਹੈ,
ਜਦੋਂ ਬੰਦੇ ਦੇ ਜੀਵਨ 'ਚ ਇਹ ਚੀਜ਼ ਆ ਗਈ ਤੇ ਇਹ ਸੰਤੋਖ ਸਰਵਰ ਨੇ ਬਾਣੀ ਲਿਖਿਆ ਬਿਨਾਂ ਸੰਤੋਖ ਨਹੀਂ ਕੋ ਰਾਜ। ਬਿਨਾਂ ਸੰਤੋਖ ਤੋਂ ਬਿਨਾਂ ਸੰਤੁਸ਼ਟੀ ਤੋਂ ਬੰਦੇ ਦੀ ਤ੍ਰਿਪਤੀ, ਕੁੱਤਾ ਸਰੀਰ ਕੁੱਤੇ ਦਾ ਪੇਟ ਭਰ ਜਾਂਦਾ ਹੈ, ਨੀਅਤ ਨਹੀਂ ਲੱਗਦੀ ਉਹਦੀ, ਕੁੱਤੇ ਦਾ ਪੇਟ ਭਰ ਜਾਂਦਾ ਰੋਟੀ ਇੱਕ ਦੋ ਰੋਟੀਆਂ ਨਾਲ, ਪਰ ਨੀਅਤ ਨਹੀਂ ਲੱਗਦੀ ਜਿੱਥੇ ਜਾਂਦਾ ਰੋਟੀ ਦਾ। ਤੁਸੀਂ ਦੇਖੋ ਸ਼ਹਿਰਾਂ ਵਿੱਚ ਤਾਂ ਆਪਣੇ ਆਪਣੇ ਕੁੱਕਰ ਰੱਖੇ ਹੁੰਦੇ, ਸਾਰੇ ਕੁੱਤੇ ਆਪਣੇ ਆਪ ਰੱਖੇ ਹੁੰਦੇ, ਪਿੰਡਾਂ ਸ਼ਹਿਰਾਂ ਦੇ ਪਿੰਡਾਂ ਥਾਵਾਂ ਦੇ ਵਿੱਚ ਕਿੰਨੇ ਕੁੱਤੇ ਆਪੇ ਤੁਰੇ ਫਿਰਦੇ। ਅਸਲ ਵਿੱਚ ਜਿਹੜੇ ਘਰ ਜਾਂਦੇ ਰੋਟੀ ਪਾ ਦਿੰਦਾ ਉਹਨਾਂ ਨੂੰ ਮਾਲਕ ਇੱਕ ਰੋਟੀ, ਘਰਾਂ ਦੀਆਂ ਸਵਾਰੀਆਂ ਨੇ ਆਮ ਪਿੰਡਾਂ ਵਿੱਚ ਇਹਦਾ ਹੁੰਦਾ ਸੀ ਕਿ ਰੋਟੀ ਪਕਾਉਂਦਿਆਂ ਹੀ ਘਰ ਦੇ ਜੀਆਂ ਤੋਂ ਅਲੱਗ ਇੱਕ ਦੋ ਰੋਟੀਆਂ ਕੁੱਤੇ ਵਾਸਤੇ ਪਹਿਲਾਂ ਰੱਖ ਲੈਣੀ। ਹੁਣ ਕੁੱਤਾ ਤਾਂ ਦਸਾਂ ਘਰਾਂ 'ਚ ਗਿਆ, ਰੋਟੀ ਉਹਨੇ ਤਿੰਨ ਖਾਣੀ ਹੈ, ਬਾਕੀ ਸੱਤਾਂ ਦੇ ਘਰਾਂ 'ਚ ਚੁੱਕ ਲਿਆਇਆ, ਖਾਧੀ ਨਹੀਂ, ਲੁਕੋ ਆਇਆ ਉਹਨਾਂ ਜਾ ਕੇ। ਉਹ ਜਦੋਂ ਕਿਸਾਨ ਤੂੜੀ ਪਾਉਣ ਲੱਗਦਾ ਸੀ ਮੱਝਾਂ ਨੂੰ ਪੱਠੇ ਪਾਉਣੇ, ਉਦੋਂ ਲੱਭਣੀ ਵਿੱਚੋਂ ਵੀ ਰੋਟੀਆਂ ਸੁੱਕੀਆਂ ਕਿੱਥੋਂ ਆਈਆਂ, ਵੀ ਇਹ ਕੁੱਤੇ ਰੱਖੀਆਂ। ਇੱਦਾਂ ਬੰਦੇ ਦੀ ਤ੍ਰਿਪਤੀ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ, ਮਨ ਨਹੀਂ ਲੱਗਦਾ ਕਿ ਆਹ ਵੀ ਘਰ ਬਣਾ ਲਵਾਂ, ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ, ਇਸ 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 ਰਸਤੇ 'ਤੇ ਤੁਰਦੇ ਹਾਂ। ਪਤਾ ਨਹੀਂ ਉਹ ਕਿੰਨਿਆਂ ਦਾ ਨੁਕਸਾਨ ਕਰਦਾ ਹੈ, ਪਤਾ ਨਹੀਂ ਕਿੰਨਿਆਂ ਦੇ ਘਰ ਤਬਾਹ ਕਰਦਾ ਹੈ। ਲੋੜਾਂ ਵੀ ਪੂਰੀਆਂ ਹੋ ਗਈਆਂ। ਅਕਸਰ ਕੋਈ ਵੀ ਬੰਦਾ ਅੱਜ ਤੱਕ ਕੋਈ ਸੋਨੇ ਦੀ ਰੋਟੀ ਖਾਂਦਾ ਵੇਖੇ, ਕਿਸੇ ਬੰਦੇ ਨੇ ਸੋਨੇ ਦੀ ਰੋਟੀ ਖਾਧੀ ਹੋਵੇ, ਜਿੰਨਾ ਮਰਜ਼ੀ ਅਮੀਰ ਹੋ ਜੇ ਰੋਟੀ ਤਾਂ ਭੋਜਨ ਤੇ ਉਹਨੇ ਸਾਦਾ ਹੀ ਖਾਣਾ, ਭੋਜਨ ਤੇ ਸਾਦਾ ਹੀ ਖਾਣਾ ਉਹਨੇ। ਹੁਣ ਕਹਿਣ ਦਾ ਭਾਵ ਸਰਵਰ ਨੇ ਆਖਿਆ ਸੰਤੋਖ ਦੀਆਂ ਮੁਦਰਾ ਧਾਰਨ ਕਰੋ, ਮੁੰਡਾ ਸੰਤੋਖ ਸ਼ਰਮ ਪੱਤ ਝੋਲੀ। ਹੁਣ ਤੁਸੀਂ ਗੱਲ 'ਚ ਗੋਦੜੀ ਪਾਈ ਹੋਈ ਹੈ, ਸ਼ਰਮ ਸ਼ਰਮ ਪੱਤ ਝੋਲੀ, ਇਹ ਗੋਦੜੀ ਕਿਉਂ ਪਾਈ ਹੈ? ਕਹਿੰਦੇ ਜੋ ਸਾਨੂੰ ਮਿਲਦਾ ਹੈ ਉਹ ਇਹਦੇ ਵਿੱਚ ਪਾਈ ਜਾਂਦੇ, ਜੋ ਵੀ ਸਾਨੂੰ ਮਿਲਦਾ ਉਹ ਇਹਦੇ ਵਿੱਚ ਪਾਈ ਜਾਂਦੇ। ਕਹਿੰਦੇ ਐਂ ਕਰੋ ਫਿਰ ਇਹ ਨਾ ਪਾਓ, ਸ਼ਰਮ ਦੀ ਝੋਲੀ ਪਾ ਦਿਓ। ਸ਼ਰਮ ਕਹਿੰਦੇ ਉਦਮ ਨੂੰ, ਅਤੇ ਉਦਮੀ ਬੰਦਾ ਕਦੀ ਭੀਖ ਨਹੀਂ ਮੰਗਦਾ, ਕਦੀ ਕਿਰਤ ਕਰਨ ਵਾਲਾ ਬੰਦਾ ਤੁਹਾਨੂੰ ਭੀਖ ਮੰਗਦਾ ਵੇਖਿਆ? ਅੱਜ ਕੱਲ੍ਹ ਨਿੱਕੀਆਂ ਨਿੱਕੀਆਂ ਫਿਲਮਾਂ ਬਣਾ ਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ, ਨੌਜਵਾਨ ਪੀੜ੍ਹੀ ਨੂੰ। ਇੱਕ ਪਿੱਛੇ ਦੀ ਫਿਲਮ ਬਣਾਈ ਸੀ ਸਿਰਫ 5 ਤੋਂ 7 ਮਿੰਟ ਦੀ, ਸਿੱਕਾ, ਤੁਸੀਂ ਵੇਖੀ ਹੋਏਗੀ ਇੰਟਰਨੈਟ 'ਤੇ ਯੂਟਿਊਬ 'ਤੇ, ਸਿੱਕਾ ਫਿਲਮ ਹੈ, ਨਿੱਕੀ ਜਿਹੀ ਹੈ, ਵੀ ਇੱਕ ਨੌਜਵਾਨ ਆਪਣੀ ਵਾਈਫ ਨਾਲ ਗੱਡੀ 'ਤੇ ਜਾ ਰਿਹਾ, ਰੈਡ ਵਰਤੀ ਹੋਈ ਅਤੇ ਗੱਡੀ ਰੁਕੀ, ਅਤੇ ਇੱਕ ਭਿਖਾਰੀ ਬੱਚਾ ਛੋਟਾ ਜਿਹਾ ਉਹ ਹੱਥ ਦਿੰਦਾ ਵੀ ਮੈਨੂੰ ਕੁਝ ਦਿਓ। ਹੁਣ ਇਸ ਫਿਲਮ 'ਚੋਂ ਮੈਸੇਜ ਕਿੱਦਾਂ ਵੱਡਾ ਮਿਲਿਆ, ਨਿੱਕੀ ਜਿਹੀ ਫਿਲਮ ਛੋਟੀ, ਉਹ ਬੱਚਾ ਕਹਿੰਦਾ ਮੈਨੂੰ ਕੁਝ ਦਿਓ, ਅਤੇ ਉਹ ਪਤਨੀ ਜਿਹੜੀ ਸੀ ਨਾ ਉਹ ਪਤੀ ਦੇ ਪਰਸ ਵਿੱਚੋਂ ਫੋਨ, ਆਪਣੇ ਆਪ ਹੁੰਦੀ ਨਹੀਂ, ਜਦੋਂ ਆਪਾਂ ਕਿਸੇ ਨੂੰ ਭੀਖ ਦੇਣੀ ਹੋਵੇ ਤਾਂ ਆਪਾਂ ਆਪਣੇ ਪਰਸ ਵਿੱਚੋਂ ਸਭ ਤੋਂ ਛੋਟਾ ਪੈਸਾ ਲੱਭਦੇ, ਸਭ ਤੋਂ ਛੋਟਾ ਪੈਸਾ ਲੱਭਦੇ ਵੀ ਅਜੀਬ। ਪਤਨੀ ਨੇ ਪਰਸ ਖੋਲਿਆ ਅਤੇ ਇੱਕ ਨੁੱਕਰ 'ਚ ਸਿੱਕਾ ਪਿਆ ਸੀ, ਉਹ ਸਿੱਕਾ ਕੱਢ ਕੇ ਦੇਣ ਲੱਗੀ, ਪਤੀ ਨੇ ਇੱਕਦਮ ਰੋਕ ਦਿੱਤਾ, ਕਹਿੰਦਾ ਨਹੀਂ ਇਹ ਨਾ ਦੇ, 10 ਰੁਪਈਏ ਦੇ ਦਿਓ। ਉਹਨੇ 10 ਰੁਪਈਏ ਦੇ ਦਿੱਤੇ, ਥੋੜ੍ਹਾ ਅੱਗੇ ਜਾ ਕੇ ਪਤਨੀ ਪੁੱਛਦੀ ਹੈ ਵੀ ਤੁਸੀਂ ਮੈਨੂੰ ਸਿੱਕਾ ਕਿਉਂ ਨਹੀਂ ਦੇਣ ਦਿੱਤਾ 1 ਰੁਪਈਏ ਦਾ, 10 ਰੁਪਈਏ ਕਿਉਂ ਦਿੱਤੇ ਤੁਸੀਂ? ਕਹਿੰਦਾ ਇਹ ਸਿੱਕਾ ਮੈਨੂੰ ਕੋਈ ਯਾਦ ਕਰਾਉਂਦਾ, ਇਹ ਸਿੱਕਾ ਮੈਨੂੰ ਮੇਰੇ ਵਾਸਤੇ ਇੱਕ ਬਹੁਤ ਵੱਡੀ ਚੀਜ਼ ਹੈ, ਇਹ ਮੈਨੂੰ ਕੋਈ ਚੀਜ਼ ਯਾਦ ਕਰਾਉਂਦੀ। ਪਤਨੀ ਨੇ ਪੁੱਛਿਆ ਵਾਰ ਵਾਰ ਖਹਿੜੇ ਪੈ ਗਏ, ਕਿਹੜੀ ਚੀਜ਼ ਯਾਦ ਕਰਾਉਂਦੀ ਹੈ? ਉਹ ਕਹਿੰਦਾ ਕਿ ਮੇਰੇ 2 ਦੋਸਤ ਸਨ, ਅਸੀਂ ਇੱਕ ਵਾਰ ਦਿੱਲੀ ਸਟੇਸ਼ਨ 'ਤੇ ਕਲੀਨ ਸ਼ੇਵ ਹੁੰਦੇ ਸੀ, ਸਰੋਂ ਹੁਣ ਉਹਨੇ ਪੱਗ ਬੰਨ੍ਹੀ, ਜਦੋਂ ਗੱਡੀ ਚਲਾਉਣਾ ਸਿਰ 'ਤੇ ਦਸਤਾਰ ਸਜਾਈ ਸੀ, ਕਹਿੰਦਾ ਵੀ ਜਦੋਂ ਅਸੀਂ ਸਿਰੋਂ ਮੋਨੇ ਸੀ, ਕਲੀਨ ਸ਼ੇਵ ਸੀ, ਅਤੇ ਅਸੀਂ ਇੱਕ ਸਿੱਖ ਆਟੋ ਵਾਲੇ ਨੂੰ ਹੱਥ ਦਿੱਤਾ, ਉਹਨੇ ਸਾਨੂੰ ਆਟੋ 'ਤੇ ਬਿਠਾ ਲਿਆ, ਅਸੀਂ ਕਿਸੇ ਹੋਟਲ 'ਤੇ ਜਾਣਾ ਸੀ, ਅਤੇ ਜਦੋਂ ਅਸੀਂ ਤੁਰੇ ਸਾਰੇ ਰਸਤੇ ਅਸੀਂ ਸਿੱਖਾਂ ਦੇ ਜੋਗ ਸੁਣਾਉਂਦੇ ਗਏ, ਸਿੱਖਾਂ ਬਾਰੇ ਮਜ਼ਾਕ ਦੀਆਂ ਗੱਲਾਂ ਕਰਦੇ ਗਏ, ਹੱਸੀ ਗਏ, ਸਿੱਖਾਂ ਦੇ ਜੋਗ ਸੁਣਾਉਂਦੇ ਗਏ। ਕਹਿੰਦੇ ਕਮਾਲ ਦੀ ਗੱਲ, ਸਿੱਖ ਆਟੋ ਵਾਲਾ ਉਹ ਮੁਸਕਰਾਈ ਗਿਆ, ਉਹਨੂੰ ਗੁੱਸਾ ਨਹੀਂ ਆਇਆ ਸਾਡੀਆਂ ਗੱਲਾਂ 'ਤੇ। ਜਦੋਂ ਅਸੀਂ ਆਪਣੇ ਹੋਟਲ 'ਤੇ ਪਹੁੰਚ ਗਏ ਅਤੇ ਉਸ ਵੇਲੇ ਉਹਨੇ ਅਸੀਂ ਉਹਨੂੰ ਪੁੱਛਿਆ ਜੀ ਕਿੰਨੇ ਕਿੰਨਾ ਕਿਰਾਇਆ ਬਣਿਆ, ਕਿੰਨੀ ਤੁਹਾਨੂੰ ਪੈਸੇ ਦੀਏ, ਉਹਨੇ ਨਾਲ ਦੱਸਤਾ ਵੀ ਇੰਨੇ ਪੈਸੇ ਦੇ ਦਿਓ। ਜਦੋਂ ਅਸੀਂ ਤੁਰ ਲੱਗੇ ਤਾਂ ਉਹਨੇ ਇੱਕ ਸਿੱਕਾ ਦਿੱਤਾ ਸਾਨੂੰ ਵੀ ਆਹ ਲੈ ਲਓ ਨੌਜਵਾਨ ਨੂੰ, ਤੁਸੀਂ ਮੇਰਾ ਅਤੇ ਮੈਨੂੰ ਕਿਰਾਇਆ ਦਿੱਤਾ, ਸਿੱਕਾ ਲੈ ਲਓ। ਇਹ ਸਿੱਕਾ ਉਸ ਸਿੱਖ ਦੇ ਠੂਠੇ 'ਚ ਪਾ ਦਿਓ, ਕਟੋਰੇ 'ਚ ਪਾ ਦਿਓ, ਜਿਹੜਾ ਸਿੱਖ ਤੁਹਾਨੂੰ ਦਸਤਾਰ ਬੰਨ ਕੇ ਕਿਸੇ ਚਰਸਤੇ 'ਚ, ਕਿਤੇ ਰੇਲਵੇ ਸਟੇਸ਼ਨ 'ਤੇ, ਕਿਤੇ ਏਅਰਪੋਰਟ ਦੇ ਬਾਹਰ, ਕਿਤੇ ਤੁਹਾਨੂੰ ਬੱਸ ਸਟੈਂਡ 'ਤੇ ਖਲੋਤਾ ਹੋਇਆ, ਕਿਤੇ ਤੁਹਾਨੂੰ ਭੀਖ ਮੰਗਦਾ ਨਜ਼ਰ ਆ ਜਾਏ ਨਾ, ਉਹਦੇ ਠੂਠੇ 'ਚ ਸਿੱਕਾ ਪਾ ਦਿਓ। ਉਹ ਗਰੀਬ ਸ਼ੇਖ ਨੌਜਵਾਨ ਕਹਿੰਦਾ ਆਪਣੀ ਵਾਈਫ ਨੂੰ, ਕਹਿੰਦਾ ਕਈ ਸਾਲ ਉਹ ਸਿੱਕਾ ਆਪਣੀ ਪਰਸ ਵਿੱਚ ਲੈ ਕੇ ਮੈਂ ਘੁੰਮਿਆ, ਮੈਨੂੰ ਦਸਤਾਰ ਵਾਲਾ ਸਿੱਖ ਕੋਈ ਭਿਖਾਰੀ ਨਜ਼ਰ ਨਹੀਂ ਆਇਆ। ਮਜ਼ਾਕ ਅਸੀਂ ਸਿੱਖਾਂ ਦੇ ਬਹੁਤ ਹੁੰਦਾ ਹੈ, ਸਾਨੂੰ ਸਿੱਖ ਭਿਖਾਰੀ ਤਾਂ ਨਜ਼ਰ ਨਹੀਂ ਆਇਆ, ਪਰ ਹਾਂ ਉਸ ਆਟੋ ਵਾਲੇ ਸਿੱਖ ਦੇ ਦਿੱਤੇ ਹੋਏ ਸਿੱਕੇ ਨੇ ਮੈਨੂੰ ਗਰੀਬ ਸ਼ੇਖ ਤੋਂ ਸਿੱਖ ਜ਼ਰੂਰ ਬਣਾ ਦਿੱਤਾ ਹੈ। ਮੈਂ ਜ਼ਰੂਰ ਗੁਰੂ ਦਾ ਸਿੱਖ ਬਣ ਗਿਆ, ਮੈਂ ਜ਼ਰੂਰ ਗੁਰੂ ਵਾਲਾ ਬਣ ਗਿਆ, ਪਰ ਇੱਕ ਭਿਖਾਰੀ ਮੈਨੂੰ ਐਸਾ ਕੋਈ ਨਹੀਂ ਮਿਲਿਆ ਵੀ ਜਿਹੜਾ ਸਿੱਖ ਹੋਵੇ ਅਤੇ ਹੱਥ ਝੂਠਾ ਝੂਠਾ ਫੜਿਆ ਹੋਵੇ। ਗੁਰਦੇਵ ਨੇ ਜੋਗੀ ਨੂੰ ਸਮਝਾਇਆ, ਜੋਗੀ ਜੋਗੀ ਮੇਰੀ ਗੱਲ ਧਿਆਨ ਨਾਲ ਸੁਣ, ਤੂੰ ਗੱਲ ਵਿੱਚ ਗੋਦੜੀ ਪਾਈ ਹੈ ਤਾਂ ਕਿਰਤੀ ਬੰਦਾ ਭੀਖ ਮੰਗੇਗਾ ਕਿਉਂ?
ਭਾਵੇਂ 100 ਰੁਪਏ ਦਾ ਦਿਹਾੜੀ ਕਮਾਉਣ ਵਾਲਾ ਭੀਖ ਨਹੀਂ ਮੰਗਦਾ। ਉਹ ਕਿਉਂ ਭੀਖ ਮੰਗੇਗਾ ਜੀ? ਕਿਰਤੀ ਬੰਦਾ ਭੀਖ ਕਿਉਂ ਮੰਗੇਗਾ? ਪੁਰਾਤਨ ਸਮੇਤਾ ਵਾਲੀ ਦੇ ਪੰਨੇ ਪੜ ਕੇ ਦੇਖੋ, ਖਡੂਰ ਸਾਹਿਬ ਦੀ ਧਰਤੀ 'ਤੇ ਇੱਕ ਸਾਰੀ ਦਿਹਾੜੀ ਕਿਰਤ ਕਰਨ ਵਾਲਾ ਬੰਦਾ ਜਦੋਂ ਆਪਣੇ ਘਰ ਨੂੰ ਪਰਤ ਕੇ ਆ ਰਿਹਾ ਹੈ, ਘਰ ਨੂੰ ਪਰਤ ਕੇ ਆ ਰਿਹਾ, ਘਰ ਨੂੰ ਆ ਰਿਹਾ, ਫਟੇ ਹੋਏ ਕੱਪੜੇ ਵੀ ਮਜ਼ਦੂਰ ਬੰਦਾ ਹੈ, ਕਿਰਤ ਕਰ ਰਿਹਾ, ਪਰ ਸਿੱਖ ਹੈ ਗੁਰੂ ਨਾਨਕ ਸਾਹਿਬ, ਸਮਾਂ ਗੁਰੂ ਨਾਨਕ ਸਾਹਿਬ ਦੇ ਵਕਤ ਦਾ ਹੈ, ਘਰ ਨੂੰ ਆ ਰਿਹਾ ਕਿ ਦੁਕਾਨਦਾਰ ਆਪਣੀ ਦੁਕਾਨ 'ਤੇ ਵੇਚਿਆ। ਅਤੇ ਸਿੱਖ ਨੇ ਜਾ ਕੇ ਜਿੰਨੀ ਮਿਹਨਤ ਕੀਤੀ ਸ਼ਾਮਾਂ ਤੱਕ, ਉਹ ਦਿੱਤੀ, ਕਹਿਣ ਲੱਗੇ ਵੀ ਨਾਲੇ ਗਲੀ ਸਲਾਹੀ ਪੈ ਗਿਆ, ਕਹਿੰਦਾ ਕੱਲ੍ਹ ਸਹੀ ਠੀਕ ਨਹੀਂ ਸੀ, ਤਬੀਅਤ ਠੀਕ ਨਹੀਂ ਸੀ, ਕੱਲ੍ਹ ਦਿਹਾੜੀ ਨਹੀਂ ਕਰ ਸਕਿਆ, ਇਸ ਕਰਕੇ ਕੱਲ੍ਹ ਪਤਨੀ ਨੂੰ ਵੀ ਰੱਜ ਕੇ ਰੋਟੀ ਨਹੀਂ ਖਵਾ ਸਕਿਆ। ਸਿਹਤ ਠੀਕ, ਕਈ ਵਾਰੀ ਹੁੰਦਾ ਨਾ ਵੀ ਸਵੇਰੇ ਜੋ ਕਮਾਉਣਾ ਸ਼ਾਮਾਂ ਨੂੰ ਉਹ ਹੀ ਗਰੀਬਾਂ ਦੇ ਘਰ ਚੁੱਲ੍ਹਾ ਬਣਨਾ, ਅਤੇ ਕਈਆਂ ਦੇ ਘਰ ਸੁੱਖ ਨਾਲ 11-11 ਪੀੜ੍ਹੀਆਂ ਖਾਣ ਵਾਲੀਆਂ ਹੁੰਦੀਆਂ ਤਾਂ ਵੀ ਰੱਜਦੇ ਨੇ, ਕਈਆਂ ਦੇ ਘਰਾਂ 'ਚ 11-11 ਪੀੜ੍ਹੀਆਂ ਖਾਣ ਜੋਗਾ ਧਨ ਦਾ ਪਤਨੀ ਨੂੰ ਸੰਤੁਸ਼ਟੀ, ਕਈਆਂ ਦੇ ਘਰ ਸਵੇਰੇ ਖਾਣਾ, ਸਵੇਰੇ ਕਮਾਈ ਕਰਨੀ ਹੈ ਅਤੇ ਸ਼ਾਮਾਂ ਨੂੰ ਚੁੱਲ੍ਹੇ ਚੱਕ ਬਣਨੀ ਹੈ, ਜੇ ਸਵੇਰੇ ਜਾ ਕੇ ਸ਼ਾਮਾਂ ਤੱਕ ਕਮਾਈ ਨਾ ਕੀਤੀ ਹੋ ਸਕਦਾ ਚੁੱਲ੍ਹਾ ਠੰਡਾ ਹੀ ਹੋਵੇ, ਹੋ ਸਕਦਾ ਆਪ ਬੜੇ ਹੀ ਚੁੱਲ੍ਹੇ ਵਿੱਚ। ਦੁਕਾਨਦਾਰ ਨਾਲ ਸਲਾਹ ਕੀਤੀ, ਦੱਸਾਂ ਗੱਲਾਂ ਪੁੱਛਣ ਲੱਗ ਪਿਆ, ਦੁਕਾਨਦਾਰ ਨੂੰ ਤਰਸ ਆ ਗਿਆ। ਸਿੱਖ ਦਾ ਜੀਵਨ, ਸਿੱਖ ਨੇ ਜਦੋਂ ਦੱਸਿਆ ਉਹਨੂੰ ਆਹ ਦੱਸ ਕੇ, ਦੁਕਾਨਦਾਰ ਨੇ ਜਿੰਨਾ ਆਟਾ ਬਣਦਾ ਸੀ ਉਹ ਆਟਾ ਵੀ ਪਾਇਆ, ਦਾਲ ਪਾਈ, ਕੁਝ ਜੋ ਵੀ ਮਿਰਚ ਮਸਾਲਾ ਬਣਦਾ ਸੀ ਦਿੱਤਾ, ਨਾਲ ਕੁਝ ਬੁੱਕ ਆਟੇ ਦੇ ਥੋੜ੍ਹੀ ਜਿਹੀ ਦਾਲ ਵੱਧ ਪਾਤੀ। ਹੁਣ ਸਿੱਖ ਨੂੰ ਰੋਜ਼ ਪਤਾ ਸੀ ਵੀ ਇੰਨਾ ਇੰਨੇ ਪੈਸੇ ਦਾ ਇੰਨਾ ਦਾ ਰਾਸ਼ਨ ਆਉਂਦਾ, ਉਹਨੇ ਇੱਕਦਮ ਪੁੱਛਿਆ ਵੀ ਇਹ ਅੱਜ ਰਾਸ਼ਨ ਵੱਧ ਕਿਵੇਂ ਸਸਤਾ ਹੋ ਗਿਆ? ਕਹਿੰਦੇ ਸਸਤਾ ਨਹੀਂ ਹੋਇਆ, ਮੈਨੂੰ ਤਰਸ ਆ ਗਿਆ ਤੇਰੇ 'ਤੇ ਵੀ ਤੂੰ ਕਿੰਨੀਆਂ ਵਧੀਆ ਗੱਲਾਂ ਕਰਦਾ ਹੈ ਅਤੇ ਮੈਂ ਆਪਣੇ ਵੱਲੋਂ ਤੇਰੀ ਹੈਲਪ ਕਰ ਰਿਹਾ। ਸਿੱਖ ਨੇ ਜਵਾਬ ਬੜਾ ਪਿਆਰਾ ਦਿੱਤਾ, ਕਿਧਰ ਤੇਰੀ ਹੈਲਪ ਦਾ ਧੰਨਵਾਦ, ਤੈਨੂੰ ਜਿਹੜਾ ਦਿਲ 'ਤੇ ਤਰਸ ਆਇਆ ਉਹ ਵੀ ਧੰਨਵਾਦ, ਪਰ ਮੈਂ ਜਿਸ ਗੁਰੂ ਦਾ ਸਿੱਖ ਹਾਂ ਨਾ ਉਸ ਗੁਰੂ ਦਾ ਬਚਨ ਵੀ ਹੱਥ ਭਰਾਇਆ ਮਨ ਤਾਂ ਉਸ ਸੂਰ ਉਸ ਹੋ ਸਕਦਾ ਹੈ ਉਹ ਹੀ ਤੈਨੂੰ ਰੁਪਈਆ ਬਚਣਾ ਹੋਵੇ, ਇਹੋ ਹੀ ਤੈਨੂੰ ਦੋ ਚੀਜ਼ਾਂ ਬਚਣੀਆਂ ਹੋਣ ਤੂੰ ਮੇਰੇ ਮੈਨੂੰ ਦੇਤੀਆਂ ਅਤੇ ਤੇਰੇ ਵੀ ਤਾਂ ਬੱਚਿਆਂ ਰੋਟੀ ਖਾਣੀ, ਮੈਂ ਭਰਾਇਆ ਹੱਥ ਨਹੀਂ ਖਾਣਾ, ਹੱਥ ਭਰਾਇਆ ਮਨ ਤਾਂ ਉਸ ਸੂਰ ਉਸ ਗਾਏ ਪਰ ਪੀਰ ਆਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹੁਣ ਹਿੰਦੂ ਵਾਸਤੇ ਗਊ ਖਾਣੀ ਪਾਪ ਹੈ, ਮੁਸਲਮਾਨ ਵਾਸਤੇ ਸੂਰ ਖਾਣਾ ਪਾਪ ਹੈ, ਗੁਰਦੇਵ ਨੇ ਦੋਵਾਂ ਦੇ ਨਾਂ ਲੈ ਦਿੱਤੇ ਵੀ ਜੇ ਦੋਵੇਂ ਪਰਾਈ ਕਮਾਈ ਖਾਂਦੇ ਆ ਉਹ ਸਮਝੋ ਸੂਰ ਖਾ ਰਹੇ, ਉਹ ਸਮਝੋ ਗਾਂ ਖਾ ਰਹੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਆਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਵੀ ਮੁਰਦਾਰ ਖਾ ਰਹੇ ਆ, ਦੁੱਧ ਦਾ ਹੱਕ ਖਾ ਰਹੇ। ਸਤਿਗੁਰ ਨੇ ਬੜੀ ਇਹ ਉਪਦੇਸ਼ ਸਿੱਖ ਨੇ ਜੀਵਨ 'ਚ ਧਾਰਨ ਕੀਤਾ, ਕਹਿਣ ਲੱਗੇ ਵੀ ਮੈਂ ਤੇਰੇ ਤਰਸ ਦਾ ਧੰਨਵਾਦ ਕਰਦਾ, ਹਾਂ ਜੇ ਕੱਲ੍ਹ ਨੂੰ ਸਰੀਰ ਇਜਾਜ਼ਤ ਨਾ ਦੇਵੇ ਤਾਂ ਦਿਹਾੜੀ ਕਰ ਨਾ ਜਾ ਸਕਿਆ ਫਿਰ ਤੇਰੇ ਕੋਲ ਉਧਾਰਾ ਲੈ ਜਾਵਾਂਗਾ, ਫਿਰ ਮੋੜ ਜਾਵਾਂਗਾ, ਪਰ ਕਿਰਪਾ ਕਰਕੇ ਇਹ ਤੂੰ ਆਟਾ ਦਾਲ ਜਿਹੜੀ ਵੱਧ ਪਾਈ ਵਾਪਸ ਕਰ, ਨਹੀਂ ਤੇ ਆਦਤ ਬਣ ਜਾਣੀ ਮੈਨੂੰ, ਮੈਂ ਸਾਡਾ ਰਾਮ ਬਣ ਜਾਣਾ। ਅੱਜ ਭਿਖਾਰੀ ਜਿਹੜੇ ਨੇ ਸਾਡਾ ਰਾਮ ਕਿਉਂ ਬਣ ਜਾਂਦੇ ਨੇ? ਇੱਕ ਬੰਦਾ ਸਾਰੀ ਦਿਹਾੜੀ ਕੰਮ ਕਰਕੇ ਉਹਨੂੰ 100 ਰੁਪਇਆ 200 ਰੁਪਇਆ ਸ਼ਾਮਾਂ ਨੂੰ ਮਿਲਣਾ, ਭਿਖਾਰੀ ਬੰਦੇ ਨੇ ਚੌਂਚ ਖਲੋਤੇ ਨੇ ਤੇ 400 ਬਣਾ ਲਿਆ, ਉਹਨੇ ਬਣਾ ਇਹਦੇ ਨਾਲੋਂ ਮੈਂ ਚੰਗਾ, ਸਾਡਾ ਰਾਮ ਬਣ ਗਿਆ। ਜਦੋਂ ਅਸੀਂ ਕਿਸੇ ਦੇ ਝੂਠ 'ਚ, ਕਈ ਵਾਰੀ ਤੁਹਾਨੂੰ ਅਪਾਹਜ ਬੰਦੇ ਕੰਮ ਕਰਦੇ ਨਜ਼ਰ ਆਉਣਗੇ, ਤੰਦਰੁਸਤ ਬੰਦਾ ਭੀਖ ਮੰਗਦਾ ਨਜ਼ਰ ਆਏਗਾ ਤੁਹਾਨੂੰ, ਤੁਹਾਨੂੰ ਕਈ ਵਾਰੀ ਕਈਆਂ ਦੀ ਇੱਕ ਬਾਂਹ ਵੀ ਹੋਏਗੀ, ਤੁਹਾਨੂੰ ਕਈ ਪੰਜਾਬ 'ਚ ਮੈਂ ਵੇਖਿਆ ਰਿਕਸ਼ਾ ਚਲਾਉਣ ਵਾਲੀ ਵੀ ਇੱਕ ਬਾਂਹ ਹੈ, ਇੱਕ ਬਾਂਹ ਹੈ ਨਹੀਂ ਪਰ ਇੱਕ ਹੱਥ ਨਾਲ ਹੈਂਡਲ ਫੜ ਕੇ ਰਿਕਸ਼ਾ ਚਲਾ ਰਹੇ, ਜਿਹੜੀਆਂ ਦੋਵੇਂ ਬਾਹਾਂ ਹੱਥ 'ਚ ਝੂਠਾ ਫੜ ਕੇ ਮੰਗ ਰਹੇ, ਅਪਾਹਜ ਪੈਦਾ ਕਰ ਰਹੇ ਨਾ, ਅਸੀਂ ਸਮਾਜ 'ਤੇ ਬੋਝ ਪੈਦਾ ਕਰ ਰਹੇ ਨਾ, ਵੀ ਇੱਕ ਬੰਦਾ ਜਿਹੜਾ ਹੈ ਉਹਦੇ ਕੋਲ ਅੰਗ ਵੀ ਸਰੀਰ ਦੇ ਪੂਰੇ ਨਹੀਂ, ਭਾਵੇਂ ਤਾਂ ਵੀ ਗਿਰਤ ਕਰਕੇ ਕਮ ਸੇ ਕਮ ਰੋਟੀ 'ਤੇ ਖਾ ਰਿਹਾ ਨਾ। ਜਦੋਂ ਇਹ ਗੱਲ ਸਿੱਖ ਨੇ ਸੁਣੀ, ਸਿੱਖ ਦਾ ਉਹਨੇ ਆਟਾ ਦਾਲ ਵਾਪਸ ਜਿੰਨਾ ਸੀ ਕੱਢ ਕੇ ਸਮਾਨ ਦਿੱਤਾ, ਪਰ ਦੁਕਾਨਦਾਰ ਪ੍ਰਭਾਵਿਤ ਬੜਾ ਹੋਇਆ, ਕਹਿੰਦੇ ਵੀ ਕਮਾਲ ਦੀ ਗੱਲ, ਇੱਦਾਂ ਦੇ ਭਿਅੰਕਰ ਸਮੇਂ ਦੇ ਵਿੱਚ ਇੱਦਾਂ ਦੇ ਇਨਸਾਨ ਵੀ ਰਹਿੰਦੇ ਨੇ, ਸਾਨੂੰ ਤਾਂ ਮੌਕਾ ਲੱਗਣਾ ਚਾਹੀਦਾ, ਨਹੀਂ ਤਾਂ ਦੁਨੀਆ 'ਤੇ ਦਾਲ ਅੱਧਾ ਬੰਦਾ ਵੀ ਕਿਸੇ ਤਰੀਕੇ ਨਾਲ ਮੈਂ ਬੇਈਮਾਨੀ ਕਰਾਂਗਾ, ਤਾਂ ਦੁਕਾਨ 'ਤੇ ਜਾਂਦੇ ਜਾਂਦੇ ਬੰਦਾ ਹੱਥ ਮਾਰਦਾ ਵੀ ਇੱਥੋਂ ਆਹ ਵੀ ਚੀਜ਼ ਮਿਲ ਜਾਏਗੀ, ਠੱਗੀ ਮਾਰਨ ਤੋਂ ਬੰਦਾ ਗੁਰੀ ਥੋੜ੍ਹਾ ਕਰਦਾ, ਬੇਈਮਾਨੀ ਕਰ ਲੈ ਕੇ ਗੁਰੀ ਥੋੜ੍ਹਾ ਕਰਦਾ, ਕਹਿੰਦੇ ਵੀ ਕਮਾਲ ਦੀ ਗੱਲ, ਇਹਨਾਂ ਨੇ ਆਪ ਦੇ ਰਿਹਾ ਲੈਣ ਨੂੰ ਤਿਆਰ ਨਹੀਂ, ਕਿਹੜੇ ਗੁਰੂ ਦਾ ਸਿੱਖ ਹੋਏ, ਨਾਲੇ ਮੈਂ ਇਹ ਵੇਖਦਾ ਵੀ ਇਹਦੇ ਘਰ 'ਚ ਲੜਾਈ ਜ਼ਰੂਰ ਹੁੰਦੀ ਹੋਏਗੀ, ਗੱਲ ਪਤਨੀ ਜੱਜ ਕੇ, ਨਹੀਂ ਤਾਂ ਲੜਾਈ ਬਹੁਤਿਆਂ ਘਰਾਂ 'ਚ ਭੁੱਖ ਦੀ ਲੜਾਈ ਹੁੰਦੀ ਹੈ, ਵੀ ਜੋ ਸੁਪਨੇ ਪਤਨੀ ਨੇ ਲਏ ਹੁੰਦੇ ਨੇ ਉਸ ਸੁਪਨੇ ਪੂਰੇ ਨਹੀਂ ਹੁੰਦੇ, ਜੋ ਉਹਨੇ ਮਨ 'ਚ ਖਿਆਲ ਚੁੱਕਦੇ ਹੁੰਦੇ ਨੇ ਪੂਰੇ ਨਹੀਂ ਹੁੰਦੇ, ਪਰ ਘਰਾਂ 'ਚ ਲੜਾਈ ਤੂੰ ਤੂੰ ਮੈਂ ਕਲੇਸ਼ ਜਨਮ ਲੈਂਦਾ ਜੀਵਨ ਦੇ ਵਿੱਚ। ਕਹਿ ਦਿੰਦੇ ਵੀ ਜਦੋਂ ਦੁਕਾਨਦਾਰ ਉਹ ਸਿੱਖ ਦੇ ਮਗਰ ਚੱਲ ਪਿਆ, ਕਹਿੰਦਾ ਅੱਜ ਮੈਂ ਜਾ ਕੇ ਵੇਖਦਾ ਇਹਦੇ ਘਰ ਦਾ ਜੀਵਨ ਕਿੱਦਾਂ ਦਾ ਹੋਏਗਾ, ਪਤਾ ਇਹਦੇ ਘਰ 'ਚ ਰਹਿਣ ਸਹਿਣ ਕਿੱਦਾਂ ਦਾ ਹੋਏਗਾ, ਇਹਦੀ ਪਤਨੀ ਇਹਦੇ ਨਾਲ ਕਿੱਦਾਂ ਬੋਲਦੀ ਹੋਈ, ਕਿੱਦਾਂ ਦਾ ਵਿਹਾਰ ਕਰਦੀ ਹੋਏਗੀ। ਜਦੋਂ ਗੁਰੂ ਦਾ ਸਿੱਖ ਘਰ ਗਿਆ ਅਤੇ ਘਰ ਜਾਂਦਿਆਂ ਜੋ ਰਸਦ ਸੀ ਉਹ ਫੜਾਈ ਅਤੇ ਨਾਲ ਪਤਨੀ ਨੇ ਬੜੇ ਪਿਆਰ ਨਾਲ ਪਾਣੀ ਦਾ ਗਲਾਸ ਲਿਆ ਕੇ ਦਿੱਤਾ, ਲਓ ਜੀ ਤੁਸੀਂ ਆ ਗਏ ਮਿਹਨਤ ਕਰਕੇ, ਸਿਆਣਿਆਂ ਦਾ ਕਥਨ ਹੈ
ਬੰਦੇ ਨੇ ਭਾਵੇਂ ਲੱਖਾਂ ਦਾ ਕਰਜ਼ਾ ਦੇਣਾ ਹੋਵੇ, ਘਰ ਜੀਵਨ ਸਾਥੀ ਪਿਆਰ ਨਾਲ ਬੋਲ ਪਵੇ ਤਾਂ ਬੱਚੇ ਪਿਆਰ ਨਾਲ ਬੋਲ ਪੈਣ। ਬੰਦਾ ਕਹਿੰਦਾ ਭਾਵੇਂ ਲੱਖਾਂ ਦਾ ਕਰਜ਼ਾ, ਇਹੋ ਜਿਹਾ ਪਰਿਵਾਰ ਤੇ ਕਿਸੇ ਕੋਲ ਨਹੀਂ ਨਾ ਹੈਗਾ, ਇਹੋ ਜਿਹਾ ਮਾਹੌਲ ਤੇ ਕਿਸੇ ਕੋਲ ਨਹੀਂ ਨਾ ਹੈਗਾ ਜਿੱਥੇ ਇੰਨੇ ਵਧੀਆ ਮਾਹੌਲ 'ਚ ਮੈਂ ਰਹਿ ਰਹੇ। ਬੰਦੇ ਦੇ ਕੋਲ ਬਾਹਰੀ ਦੋਸਤ ਹੋਣ ਤੇ ਘਰ ਆਵੇ ਤੇ ਉਹਦੇ ਨੂੰ ਭਾਂਡੇ ਭੱਜਣ ਲਿਆ ਕਿ ਨੌ ਸੱਸ ਲੜ ਰਹੇ ਹੋਣ, ਘਰ 'ਚ ਕਲੇਸ਼ ਹੋਵੇ, ਬੰਦਾ ਫਿਰ ਸਰਫਾਰ ਦੀ ਗੋਲੀ ਖਾਏਗਾ, ਫਿਰ ਸਰਵੇਗਾ ਵੀ ਕਿਹਦੇ ਨਾਲ ਫਾਹ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰਾਂ, ਵੀ ਘਰ ਵੀ ਨਰਕ ਤੇ ਬਾਹਰ ਵੀ ਨਰਕ, ਜਾਵਾਂ ਕਿਸੇ ਹੁਣ ਮੈਂ ਵੀ ਕਮ ਸੇ ਕਮ ਘਰ ਤੇ ਸਵਰਗ ਹੁੰਦਾ। ਕਹਿੰਦਾ ਕਮਾਲ ਦੀ ਗੱਲ ਮੈਂ ਵੇਖਦਾ ਜਦੋਂ ਜਾ ਕੇ ਵੇਖਿਆ ਵੀ ਪਤਨੀ ਨੇ ਬੜੇ ਪਿਆਰ ਨਾਲ ਪਾਣੀ ਦਾ ਗਲਾਸ ਪੁੱਛਿਆ, ਰਸਤ ਵੀ ਉਹਨੂੰ ਬੜੇ ਪਿਆਰੇ ਤਰੀਕੇ ਨਾਲ ਜਦੋਂ ਰਸਤ ਫੜਾਈ ਤੇ ਦੁਕਾਨਦਾਰ ਬਾਹਰੀ ਦਰਵਾਜ਼ੇ ਦੀ ਚੀਤ ਵਿੱਚੋਂ ਵੇਖ ਰਹੇ, ਸਾਰਾ ਸੀਨ ਬਾਹਰੋਂ ਵੇਖ ਰਹੇ। ਜਦੋਂ ਮੈਂ ਬਾਹਰੋਂ ਵੇਖਿਆ ਧਿਆਨ ਨਾਲ, ਕਹਿੰਦਾ ਵੀ ਕਮਾਲ ਦੀ ਗੱਲ ਹੈ, ਇੰਨੇ ਪਿਆਰ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ। ਤਿੰਨ ਇਤਿਹਾਸ ਕਰ ਲਿਖਦੇ ਵੀ ਤਿੰਨ ਪ੍ਰਸ਼ਾਦੇ ਬਣੇ, ਇੱਕ ਪਤਨੀ ਨੇ ਆਪਣੀ ਥਾਲੀ ਰੱਖ ਲਿਆ ਤੇ ਦੋ ਪਤੀ ਦੀ ਥਾਲੀ ਰੱਖ ਦਿੱਤੇ, ਤੇ ਪਤਨੀ ਨਾਲ ਹੀ ਬੋਲਦੀ ਹੈ ਕਹਿੰਦੀ ਸਿਰ ਦੇ ਸਾਈ ਸ਼ਬੋ ਪ੍ਰਸ਼ਾਦਾ। ਪਤੀ ਕਹਿੰਦਾ ਭਾਗਾਂ ਵਾਲੀਏ ਤੂੰ ਘਰ 'ਚ ਕੰਮ ਵੀ ਕਰਨਾ ਹੁੰਦਾ, ਬੱਚੇ ਨੂੰ ਵੀ ਦੁੱਧ ਦੇਣਾ, ਤੂੰ ਦੋ ਪ੍ਰਸ਼ਾਦੇ ਛੱਡ ਤੇ ਮੈਂ ਇੱਕ ਛੱਡ। ਸਵਰਗ ਹੈ ਨਾ ਬੈਕੁੰਠ ਹੈ ਨਾ, ਜਿੱਥੇ ਇੱਕ ਬੰਦੇ ਨੂੰ ਕਿਹਾ ਜਾ ਰਿਹਾ ਤੂੰ ਵੱਧ ਛੱਡ ਮੈਂ ਘੱਟ ਛੱਡਦਾ, ਕਹਿੰਦੀ ਨਹੀਂ ਤੁਸੀਂ ਪੇਟ ਭਰ ਕੇ ਖਾਓ, ਕਹਿੰਦੇ ਮੁੜ ਕੇ ਕੰਮ ਤੁਸਾਂ ਕਰਨਾ, ਬਾਹਰੋਂ ਕਮਾਈ ਕਰਕੇ ਤੁਸਾਂ ਲੈਣੀ, ਤੁਸੀਂ ਦੋ ਖਾਓ ਮੈਂ ਖਾਣੀ। ਇਤਿਹਾਸ ਕਰ ਲਿਖਦੇ ਨੇ ਉਹਨੀ ਦੇਰ ਨੂੰ ਬਾਹਰੋਂ ਦਰਵਾਜ਼ੇ 'ਤੇ ਇੱਕ ਭਿਖਾਰੀ ਆਇਆ ਲੋੜਵੰਦ, ਕੋਈ ਹੈ ਭੁੱਖਾ ਗੁਰੂ ਨਾਨਕ ਦਾ ਸਿੱਖਾ ਹੈ ਭੁੱਖਾ ਤੇ ਕੋਈ ਪ੍ਰਸ਼ਾਦ ਪਾਣੀ ਹੈ ਤੇ ਛਕਾਓ। ਕਹਿੰਦਾ ਲੈ ਭਾਗਾਂ ਵਾਲੀ ਇੱਕ ਤੂੰ ਖਾ ਇੱਕ ਮੈਂ ਖਾਣਾ ਤੇ ਇੱਕ ਆਪਾਂ ਇਸ ਲੋੜਵੰਦ ਨੂੰ ਦੇ ਦਿੰਦੇ। ਘਰ 'ਚ ਸਬਜ਼ੀ ਖਰਾਬ ਹੋ ਰਹੀ ਹੋਵੇ ਨਾ ਕਿਸੇ ਨੂੰ ਦੇਣਾ ਹੋਵੇ, ਇਹ ਤੇ ਬੜਾ ਸੌਖਾ ਹੀ ਹੈ, ਮਜ਼ਾ ਤਾਂ ਤੇਰੇ ਕੋਲ ਵੀ ਖਾਣ ਲਈ ਘੱਟ ਹੋਵੇ। ਤਾਂ ਸਿੱਖਾਂ ਦਾ ਜੀਵਨ ਇਹ ਸੀ ਵੀ ਲੰਗਰ ਬਣਾ ਕੇ ਆਵਾਜ਼ਾਂ ਦਿੰਦੇ ਸੀ, ਉਹ ਹੈ ਭਾਈ ਤੇ ਆਣ ਕੇ ਛਕ ਲੈ, ਜੇ ਤੇ ਠੀਕ ਹੈ ਵੱਧ ਗਿਆ ਤੇ ਠੀਕ ਖਾ ਲੈਣਾ, ਨਹੀਂ ਤੇ ਲੰਗਰ ਮਸਤਾਨਾ ਕਹਿ ਦੇਣਾ ਉਹਨੂੰ, ਠੀਕ ਹੈ ਲੰਗਰ ਮਸਤਾਨਾ ਹੋਵੇ ਜੀ ਗੱਲ ਮੁੱਕੀ। ਸਾਡਾ ਤਾਂ ਕਹਿੰਦੇ ਇਹ ਹੁੰਦਾ ਵੱਧ ਗਿਆ ਫਿਰ ਕਹਿਣਾ ਦੂਜੇ ਨੂੰ ਦੇ ਦਿਓ, ਨਹੀਂ ਤੇ ਪਹਿਲਾਂ ਜੋ ਹੈਗਾ ਉਹ ਆਪ ਛਕ ਲਓ। ਕਹਿਣ ਲੱਗੇ ਵੀ ਨਹੀਂ ਪਤਾ ਵਾਲੀ ਇਹ ਭਿਖਾਰੀ ਨੂੰ ਦਿੰਦੇ ਹੈ, ਇੱਕ ਤੂੰ ਛੱਕ ਇੱਕ ਮੈਂ ਛੱਕਦਾ, ਦੋਵਾਂ ਨੇ ਛੱਕ ਲਿਆ। ਦੁਕਾਨਦਾਰ ਨੂੰ ਰਿਹਾ ਨਹੀਂ ਗਿਆ, ਦਰਵਾਜ਼ਾ ਖੋਲ੍ਹ ਕੇ ਆਣ ਕੇ ਸਿੱਖ ਦੇ ਕੋਲ ਪਹੁੰਚਿਆ, ਕਹਿੰਦਾ ਗੁਰੂ ਕਿਆ ਸਿੱਖਾ ਕਮਾਈ ਤੇ ਮੈਂ ਵੀ ਬੜੀ ਕਰਦਾ, ਕਮਾਈ ਤੂੰ ਵੀ ਕਰਕੇ ਲਿਆਇਆ, ਪਰ ਤੇਰੀ ਕਮਾਈ ਅਤੇ ਮੇਰੀ ਕਮਾਈ 'ਚ ਫਰਕ ਬੜਾ, ਤੁਸੀਂ ਹੈਰਾਨ ਹੋਵੋਗੇ। ਪਤਾ ਉਹ ਸਿੱਖ ਕੌਣ ਸੀ? ਭਾਈ ਜੋਧ, ਜਿਹੜਾ ਮਿਹਨਤ ਕਰਕੇ ਲਿਆਇਆ। ਅਤੇ ਦੁਕਾਨਦਾਰ ਪਤਾ ਕੌਣ ਸੀ? ਵੈਸ਼ਨੋ ਦੇਵੀ ਦੇ ਜਾਣ ਵਾਲਾ ਬਾਬਾ ਲਹਿਣਾ ਜੀ, ਜਿਹੜੇ ਕਦੀ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਬਣੇ। ਉਹ ਸਿੱਖ ਨੂੰ ਪੁੱਛਦੇ ਗੁਰੂ ਕਿਆ ਸਿੱਖਾ ਆ ਏਡਾ ਕਮਾਲ ਦਾ ਜੀਵਨ ਕਿੱਥੋਂ ਬਣਿਆ? ਤੇ ਮੈਂ ਤੇ ਵੈਸ਼ਨੋ ਦੇਵੀ ਦੇ 6 ਸਾਲ ਬਾਬਾ ਲਹਿਣਾ ਜੀ ਵੈਸ਼ਨੋ ਦੇਵੀ ਦੇ ਗਏ, ਉਹਨਾਂ ਦੇ ਪਿਤਾ ਜੀ ਇਹ ਕੰਮ ਕਰਦੇ ਸਨ, ਪਿਤਾ ਕਰਕੇ ਪੁੱਤਰ ਨੂੰ ਵੀ ਜਾਣਾ ਪਿਆ। 6 ਸਾਲ ਲਗਾਤਾਰ ਬਾਬਾ ਲਹਿਣਾ ਜੀ ਵੈਸ਼ਨੋ ਦੇਵੀ ਦੇ ਜਾਂਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੀ ਜੀਵਨ ਸ਼ੈਲੀ ਵਿੱਚ ਜਦੋਂ ਗੁਰੂ ਅੰਗਦ ਸਾਹਿਬ ਦਾ ਜੀਵਨ ਬਿਆਨ ਕੀਤਾ ਉੱਥੇ ਲਿਖਿਆ ਹੋਇਆ 6 ਸਾਲ ਬਾਬਾ ਲਹਿਣਾ ਜੀ ਵੈਸ਼ਨੋ ਦੇਵੀ ਦੇ ਜਾਂਦੇ ਰਹੇ। ਪਰ ਜਦੋਂ ਜਾਗ ਲੱਗੀ, ਜਦੋਂ ਜਾਗੇ, ਜਿਵੇਂ ਬੰਦਾ ਸੁੱਤਾ ਹੋਵੇ ਨਾ ਉਹਨੂੰ ਇੱਕਦਮ ਨੂੰ ਜਗਾਵੇ ਤੇ ਇੱਕਦਮ ਉੱਠ ਕੇ ਤੁਰ ਪੈਂਦਾ, ਪਰ ਜਿਵੇਂ ਘੇਸਣ ਵਾਲੀ ਹੋਵੇ ਨਾ ਸਹੁਰਾ ਬੁੱਧੀ ਉਹਨੂੰ ਜਗਾਉਣਾ ਬੜਾ ਹੁੰਦਾ ਹੈ। ਘੇਸਣ ਵਾਲੀ ਹੁੰਦਾ ਕਿਹਨੂੰ ਕਹਿੰਦੇ ਨੇ? ਵੀ ਇਹ ਵੀ ਗਾਹ ਮਗਰੇ ਮੈਂ ਜਾਗਦਾ ਉੱਠੇ ਵੀ ਨਾ, ਇਹਨੂੰ ਬਾਣੀ ਜਾਗਿਆ ਇੱਕ ਜਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾ। ਇਹ ਇਹਨਾਂ ਬੰਦਿਆਂ ਵਾਸਤੇ ਗੱਲ ਵਿਚਾਰ ਕੀਤੀ ਜਿਹੜੇ ਆਪਣੇ ਆਪ ਨੂੰ ਜਾਗੇ ਹੋਏ ਸਮਝਦੇ ਸੀ, ਉਹਨਾਂ ਨੂੰ ਨਹੀਂ ਮਿਲੀ ਕਿਉਂਕਿ ਉਹ ਘੇਸਾ ਮਾਰ ਕੇ ਬੈਠੇ ਹੋਏ ਸੀ। ਜਿਹੜੇ ਸੁੱਤੇ ਸੀ ਸਾਨੂੰ ਕੱਖ ਨਹੀਂ ਪਤਾ, ਗੁਰੂ ਸਾਹਿਬ ਜਦੋਂ ਦੱਸੇਗਾ ਤੁਰ ਪੈਣਾ। ਇਹ ਸੁੱਤੇ ਸੀ ਗਫਲਤ ਦੀ ਨੀਂਦ ਸੁੱਤੇ ਸੀ, ਜਦੋਂ ਗੁਰੂ ਨੇ ਹਲਾਇਆ ਉੱਠ ਕੇ ਤੁਰ ਪਏ। ਇੱਕ ਜਗੰਦੇ ਨਾਲ ਹਨ, ਇੱਕ ਜਾਗਦੇ ਵੀ ਨਾ ਲੈ ਸਕੇ, ਇੱਕ ਨਾ ਸੁੱਤਿਆਂ ਦੇ ਉਠਾ, ਇੱਕ ਨਾ ਉਹਨੂੰ ਸੁੱਤਿਆਂ ਨੂੰ ਉਠਾ ਕੇ ਤੁਰ ਦਿੱਤਾ। ਇੱਥੇ ਜਗੰਦਿਆਂ ਦਾ ਅਰਥ ਪਤਾ ਕੀ ਹੈ? ਜਿਹੜੇ ਘੇਸਣ ਮਾਰ ਕੇ ਸੁੱਤੇ ਸੀ, ਵੀ ਲੋਕਾਂ ਸਾਹਮਣੇ ਵੀ ਜਾਗਦੇ ਵੀ ਹਾਂ ਪਰ ਸੁੱਤੇ ਨੇ, ਉਹ ਨਹੀਂ ਲੈ ਪਾਉਂਦੇ। ਲੈ ਕੌਣ ਪਾਉਂਦੇ ਨੇ? ਜਿਹੜੇ ਸੁੱਤੇ ਹੁੰਦੇ ਨੇ, ਜਦੋਂ ਗੁਰੂ ਉਠਾਉਂਦਾ ਹੁਣ ਭਾਈ ਮਨ ਵਰਗੇ ਘੇਸੋ ਥੋੜਾ ਪਾਣੀ ਸੀ ਵਿਚਾਰੇ ਨੇ, ਸੁੱਤੇ ਸੀ ਜਿਹੜੇ ਦੁਆਰਾ ਪੂਜੀ ਜਾਂਦੇ। ਜਦੋਂ ਜਾਗੇ ਇੱਕ ਸਕਿੰਟ ਵੀ ਲਾਇਆ ਆਪਣੇ ਲਾਗੇ ਦਾ ਚੌਧਰਪੁਣਾ ਛੱਡ ਕੇ ਗੁਰੂ ਦੇ ਚਰਨਾਂ ਦੇ ਭੋਰੇ ਬਣ ਗਏ, ਭਾਈ ਪਹਿਲੋ ਬਣ ਗਏ। ਤੇ ਤੁਹਾਨੂੰ ਇਤਿਹਾਸ ਵਿੱਚ ਕਿੰਨੇ ਸਿੱਖ ਮਿਲ ਜਾਣੇ ਨੇ ਜਿਹੜੇ ਗਫਲਤ ਦੀ ਨੀਂਦ ਸੁੱਤੇ ਹੋਏ ਸੀ, ਜਦੋਂ ਉਠਾਇਆ ਉੱਠ ਕੇ ਨਾਲ ਤੁਰ ਪਏ। ਹੁਣ ਕਿੰਨੀ ਕਮਾਲ ਦੀ ਗੱਲ! ਦੁਕਾਨਦਾਰ ਨੇ ਪੁੱਛਿਆ ਬਾਬਾ ਲਹਿਣਾ ਜੀ ਤੇ ਕਹਿਣ ਲੱਗੇ ਵੀ ਇੱਕ ਕਿਰਪਾ ਕਰ ਦੇ ਦਿੱਤੇ, ਮੈਨੂੰ ਆਪਣੇ ਗੁਰੂ ਦਾ ਨਾਂ ਤੇ ਦੱਸ ਜਿਸ ਗੁਰੂ ਨੇ ਇੱਦਾਂ ਦਾ ਜੀਵਨ ਦਿੱਤਾ ਹੈ ਤੈਨੂੰ। ਵੈਸ਼ਨੋ ਦੇਵੀ ਦੇ ਹਰ ਸਾਲ ਜਾਂਦੇ ਸੀ, ਇਸ ਸਾਲ ਵੀ ਗਏ, ਜਿੰਨੀ ਪੁੰਨ ਗਈ ਉਹਨਾਂ ਨੂੰ ਵਾਪਸ ਤੋਰ ਦਿੱਤਾ, ਪਰ ਆਪ ਵਾਪਸ ਨਹੀਂ ਆਏ, ਆਪ ਕਰਤਾਰਪੁਰ ਨੂੰ ਚਲੇ ਗਏ। ਬਾਬਾ ਲਹਿਣਾ ਜੀ ਕਰਤਾਰਪੁਰ ਗਏ ਨੇ,
सतगुरु के दर्शन किए। 1532 ईस्वी की घटना है, 1532 ईस्वी की, 1539 ईस्वी तक बाबा लहणा जी गुरु नानक साहब के कोल रहे। तो भाई सत्ता बलवंड ने जो रामकली राग दरबार लिखी ना, उन्हें पता की लिखिया, पए कबूल खसम नाल, पए कबूल खसम नाल, जब घर मरदी घर कबूल हो गए बाबा लहणा जी अपने खसम के नगरां विच। जो मर्दा वाली घाल की, मर्दा वाली घाल के सिर रूनी चटनी, गुरदेव ने बाबे लहणे दी निक्कियां निक्कियां परीक्षावां लईआं, निक्कियां निक्कियां लोटा चिकड़ च पिया उन्होंने कटन की गल कहनी, पता की सी लहणे लोटा, पता लोटा कटाने गुरदेव होर भी किसी कह सकते सन, पर एहसास करना चाहते सी लहणे आ तू बड़ा अमीर है, दुकान च बैठा कभी कपड़े का दाग नहीं सी कपड़े से पैन दिता, आ लोटा कट के लिया। संकेत पता की सी लहणे आ जिहड़ी जिम्मेवारी तैनूं मैं देनी देण लगा ना, लोग चिकड़ च डिबे डिगे पे इन्हां नूं कढ़न लई तैनूं चिकड़ च वड़ना पैना है, डरना नहीं लहणे आ। धर्मशाला दरवाजा खोलिया अंदर चूही मरी पई सी ते बदबू आ रही सी, इह काम किसे इह काम शूद्रां कोलों करवाए जांदे सी, दलित वर्ग कोलों कराए जांदे सी, लहणे बदबू आ रही है चूही मरी है, सड़कों जी हुणे कढ के बाहर रख दिंदे, हुण दारू की सी। जिस समाज में तू जाना इतने बदबू ना भरे हुए लोग ने, नफरत ना करी, इन्हों कड़ के बाहर रख के इन्हों सोहना बनाना है, अद्धी रात कपड़े धो जाना रंग दरिया को, कारण की सी जिन्हों लोगों को विचरना है तेनों पता होना चाहिए भी अद्धी अद्धी रात ठंड में कपड़े धोने वाले लोगों तक उपदेश किए लैके जाना है। लहणिया कंध हैगी है, इन बना उत्तों मीह पै रहे कंध बनाई जा रही है, सवेरे भी बन सकती सी लहणा कह सकता सी महाराज मीह तो रोक लेंगे सवेरे बना लेंगे। एहसास कराया जा रहा है कि लोगों को जाना इदा के किरती ते कमी लोग ने गुरेज नहीं करे कम तक उपदेश लैन ऐ सारिया प्रीख्यावां विचों पास होए। एक दिन ऐसा समा आया लहणिया मुर्दा था, लोग है बाबा लहणा जी महाराज जी के खानदान ने कहते मैं इजाजत लै रहे हैं तुहाडे कोलों, सिर वाले बंदे नूं खावां कि पैरां वाले बंदे नूं खावां, मुर्दा कोल नहीं सी आए, संकेत दे रहे सी लहणिया जिस देश विच तू रहिंदा इत्थे मुर्दे खाने लोग भी हैगे, उन्हां विच वी जा के गल करनी पैणी है, तेरे जाएगा डरेगा तो नहीं, जावांगा बाबा जी जरूर जावांगा। 1532 ईस्वी तो लैके 1548 ईस्वी तक बाबा लहणा जी गुरु नानक साहिब महाराज के कोल रहे, लहणे से अंगद अंगद से अल्लाह कर दिया, रूप भी बदल दिता, कायम बदल के रख दी बाबे लहण की, कारण की सी गुरु के उपदेश को समझिया के बेचारे गल कर रहे सी किरत दी। गुरुदेव ने जोगी ने कहा कंध च मुंदरा पाइया ने संतोख धारण कर लाए हुई मुंदरा ने शर्म पत झोली दसा नौ की किरत करनी शुरू कर दे हुई तेरे वास्ते झोली ध्यान की करें विभूत मुंडा संतोख शर्म पत झोली ध्यान की करें विभूत मैंने यह दस जोगी सुहा क्यों बनी है शरीर से कहते दुनिया ने सुहा हो जाना है दुनिया ने सुहा हो जाए हम अंदाजा लाओ जोगी आंदा सी सवाह पाने कन्ना च मुद्रा पाने हाथ में खप्पर पाने डंडा फड़ना रब की प्राप्ति होती जे सारे लोग जोगी की गल मान लैन तो दो मिनट भी सोच के देखो भला दुनिया का नक्शा कि हों सवाह बन के लोगों तुरे फिरना से दो मिनट भी सोच के देखो दुनिया का नक्शा कि होना से गुरुदेव का जो उपदेश है दुनिया का हर बंदा कमा सकता है हर देश हर कंट्री हर इलाके का बंदा गुरु के उपदेश को कमा सकता पर जे जोगिया का फिरता जोगिया का पंथ चल पा इसे सवाह माननी पैनी से दो मिनट ही सोच के देखो दुनिया का नक्शा कि होना से कि रहनी शरीर जोगिया ने गुरदेव से कह लगे शरीर के सवाह मान की लड़ नहीं ध्यान में यह गल रखो कि एक दिन सवाह हो जाए फिर कभी बंदा चटनिया नहीं मरेगा ध्यान च रखो हम सवाह मान की लड़ है ध्यान में रखो ध्यान की करें विभूत खिंता का खिंता लड़ता है गोदनी गोदनी गुरदेव जी कह लगे भी हमेशा हर वक्त मौत चेते रखो थोड़े वास्ते खिंता हो गोदड़ी हो कुवारी काया जुगत अपनी काया मुकारा तो बचा के रखना यह योग की जुगती है डंडा प्रतीत पूर्ण तौर पर विश्वास रखो रब के थोड़े वास्ते डंडा हो आई पंथी सगल जमाती मन जीता जग जीत जो मन जितया गया जग अपने आप ही जीते जाना है तो मन जित सब तो सौखा तरीका यह है जो तुम आप गाँव अपने जीवन से धारण करोगे गुरुदेव ने वो करके सिमर मना हे मना चेते कर ला
राम नाम राम के नाम विच राम दा की मीनिंग है रमिया होया परमात्मा च दशरथ दे पुत्र राम की गल नहीं है ना 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 इत्थे रमे होए परमात्मा की गल है अकाल परमेश्वर की गल है वैगुरु की गल है उस परमात्मा की गल है उन्हें चेते कर सिमर मना हे मना चेते कर राम नाम चितारे चितारे दा कि चित ला के वैसे राम नाम तो बड़ी दुनिया करती है जो तुम राम की याद करने की गल करोगे दुनिया से बहुत हो रहे बन के लिखे राम राम करदा सब जग फिरे राम न पाया जाए बड़ी बड़ी दुनिया राम राम करती है राम राम करता सब जग फिरे सारा जग ही राम राम कर रहे पर इतने लिखिया सिमर मना हे मन चेते कर राम नाम चितारे राम के नाम चितारे रखते चित ला के चेते कर मन ला के चेते कर जबानी गुलामी नहीं जबानी गुलामी तो सतगुरु जी ने लिखे है सूही राग अंदर 730 अंग थे जो शब्द पढ़ते हैं तुम गुरु रामदास महाराज का महाराज के लिए हर हर करें नित कपट कमाम है हरी हरी भी नित हो रही है तो नित कपट भी बंदा करी जा रहा है वो हरी हरी जुबान तो करते हैं कपट मान करके करी जाते हर हर करें नित कपट कमाम है हृदय शुद्ध न हो रही आज दिन कर्म करें बहुत तेरे शुभ न सुख न हो रही ज्ञानी गुर बिना भगत न हो रही कोरे रंग कद ना चढ़े जे लोचे सब कोई कोई गावे राखी नादी बेदी बहु भात कर नहीं हर हर कीजे राम राजे जिना अंतर कपट विकार है तिना रोए क्या कीजे जे मन नाल सफल नहीं जो तुम पढ़ रहे हो मन ओदे नाल नाल नहीं तुरदा सतगुरु जी कहते की रोना धोना लाया कोई ये रोना धोना बंद करो गुरदेव जी कहते रोना धोना कोई गावे कोई गा लिया कोई गावे रागी नादी बेदी बहु भात कर नहीं हर हर पीजे नहीं रब प्रसन्न होता है इहदा परमात्मा की प्रसन्नी होती नहीं हर हर पीजे राम राजे जिन्हें अंदर कपट विकार है तिना रोए क्या कीजे सिमर मना हे मन चेते कर याद कर राम नाम चितारे राम दे नाम चित लागे बस रह हित है गुर चरण प्यारे प्यारे गुरु दे चरण हुण गुरु दे चरण केड़े ने जी बाणी विच इहदा जवाब भी है हित है चरण शब्द सतगुरु को नानक बांधे पाल इन्हों शब्दों का वो आसरा लैके इन्हें देहधारियों ने अपने पैर धोने शुरू कर दिए भुलेखा रहा गुरु के चरण हूँ जो शरीरक तौर पर सतगुरु जी शरीर के चरणों की गल नहीं कर रहे शब्द रूपी चरणों की गल कर रहे पढ़ो आनंद साहब की पावन बाणी जे को सिख गुरु से सन्मुख हो आइडेंटिफिकेशन सिख की हो सन्मुख सिख कोई जियो रहे गुर नाले गुर के चरणा हिरदय ध्याए कि ध्याई जाती है आ चरण की ध्याई जाए उपदेश ध्याया जाता है उपदेश चरण क्या गुर के चरणा हिरदय ध्याए अंतर आत्म संभाले आप छट अपनी सोच छे सदा रह पर परमे का आसरा जिम्मे पुराने शब्द बजुर्ग अपने को हमेशा परना रखते थे मोड़ देते आसरा जो लोड़ पैनी धुप धुप की लोड़ धुप के बचा लिए सिर दिला लेना स्नान पानी के काम भी उस कपड़े में आ जाना आसरा आप छट सदा रह पर गुर बिन अवर ना जाने कोई कह नानक सुनो संतो सो सिख सन्मुख होए हृदय चरण शब्द सतगुरु को नानक बांधे उपर जन के चरण हुण इत्थे जांदे लगन नूं औंकड़ है नहीं तुसीं उपर वेख सकदे हो जांदे लगन नूं कोई औंकड़ नहीं इत्थे औंकड़ क्यों नहीं हैगा क्योंकि के लफ्ज़ आउण करके औंकड़ उड़ गए इत्थे जन गुरु वास्ते शब्द जे औंकड़ हुंदा तां फिर आपां इह कहणा सी इक वचन है इत्थे औंकड़ ना हो के भी इक वचन है क्योंकि संबंध की होण करके औंकड़ नहीं है बहुत शब्दों में गुरु अंश तुम पढ़ा लेना गलत या अपने आप समझ आने लग पे कि सतगुरु की बाणी में एक सियाली औंकड़ दुलावा वो कोई ना कोई मीनिंग ने सतगुरु ने यह भी विचार नहीं किए जो मैं थोड़े सामने सोदर के एक टुक लैन लगा पढ़ो दो गुण एहो होर ना ही कोए
ਨਾ ਕੋ ਹੋਵਾ ਨਾ ਕੋ ਹੋਏ। ਜਦੋਂ ਵੀ ਔਂਕੜ ਆ ਜਾਂਦਾ ਹੈ ਤੇ ਇੱਕ ਵਚਨ ਭੁੱਲੇ ਨੂੰ ਹਮੇਸ਼ਾ ਇੱਕ ਵਚਨ ਭੁੱਲੇਗੀ। ਜਿਵੇਂ ਆਪਾਂ ਗੁਣਦੇ ਨਾਣੀ ਔਂਕੜ ਨਾ ਹੋਵੇ ਤੇ ਬਹੁਤੇ ਗੁਣਾਂ ਦੀ ਗੱਲ ਹੋਏਗੀ, ਜਿਵੇਂ ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ। ਹੁਣ ਉੱਥੇ ਗੁਣਦੇ ਕਿਤੇ ਔਂਕੜ ਨਹੀਂ ਹੋਊਗੀ, ਬਾਤ ਜ਼ਿਆਦਾ ਗੁਣਾਂ ਦੀ ਗੱਲ ਹੈ। ਇੱਥੇ ਗੁਣਦੇ ਨਾਣੇ ਨੂੰ ਔਂਕੜ ਹੈ ਕਹਿ ਦਾ, ਇੱਕ ਗੁਣ ਦੀ ਗੱਲ ਕਰ ਰਹੇ ਨੇ। ਇੱਕ ਬੰਨੇ ਬਾਣੀ ਲਿਖਿਆ ਰੱਬ ਦੇ ਵਿੱਚ ਬੜੇ ਗੁਣ, ਇੱਥੇ ਲਿਖਿਆ ਹੈ ਵੀ ਪਰਮਾਤਮਾ ਤੇਰੇ ਵਿੱਚ ਇੱਕੋ ਹੀ ਗੁਣ ਹੈ, ਗੁਣ ਇਹੋ ਹੋਰ ਨਾਹੀ ਕੋਏ। ਇੱਥੇ ਔਂਕੜ ਆਉਣ ਕਰਕੇ ਵੀ ਰੱਬ ਵਿੱਚ ਇੱਕੋ ਹੀ ਗੁਣ, ਇੱਕ ਜਗ੍ਹਾ ਬੰਦੇ ਰੱਬ ਵਿੱਚ ਅਨੇਕਾਂ ਗੁਣ। ਕਿਹੜਾ ਗੁਣ ਹੈ ਰੱਬ ਵਿੱਚ ਇੱਕ ਭਲਾ, ਉਹ ਪਤਾ ਕਿਹੜਾ? ਹੋਰ ਨਾਹੀ ਕੋਏ, ਕਿ ਰੱਬ ਵਰਗਾ ਦੂਜਾ ਰੱਬ ਹੈ ਨਹੀਂ, ਰੱਬ ਇੱਕੋ ਹੀ ਹੈ ਦੁਨੀਆਂ 'ਚ। ਇਸ ਕਰਕੇ ਕਹਿੰਦਾ ਇੱਥੇ ਔਂਕੜ ਲੱਗਾ ਹੈ ਨਾਣੇ ਨੂੰ ਵੀ ਰੱਬ ਵਿੱਚ ਇਹ ਗੁਣ ਹੈ ਕਿ ਰੱਬ ਵਰਗਾ ਦੂਜਾ ਰੱਬ ਕੋਈ ਹੈ ਨਹੀਂ, ਰੱਬ ਇੱਕੋ ਹੀ ਰੱਬ ਹੈ ਦੁਨੀਆਂ ਅੰਦਰ, ਬਸ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ। ਨਾ ਕੋ ਹੈ ਤੇ ਨਾ ਹੋਏਗਾ, ਵੱਖਰੀ ਗੱਲ ਦੁਨੀਆਂ ਨੇ ਬਣਾ ਦਿੱਤੇ ਨੇ ਰੱਬ ਵਾਲੇ। ਹੁਣ ਤਾਂ ਇਨਸਾਨ ਨਾ ਹੋਣਗੇ ਜਿਤਨੇ ਖੁਦਾ ਹੈ, ਖੁਦਾਈ ਨੇ ਉਹਨੇ ਬੰਦੇ ਨਹੀਂ ਜਿਹਨੇ ਭਗਵਾਨ ਬਣਾ ਦਿੱਤੇ। ਕਿਸ ਕਿਸ ਖੁਦਾ ਕੋ ਭਲਾ ਕੋਈ ਸਿੰਦਾ ਕਰੇ, ਮੈਂ ਕਿਹਦਾ ਕਿਹੜੇ ਰੱਬ ਨੂੰ ਸਿੰਦ ਕਹਾਂ ਜਿਹਨੇ ਬੰਦਿਆਂ ਨਾਲੋਂ ਵੱਧ ਭਗਵਾਨ ਬਣਾ ਕੇ ਪੇਸ਼ ਕਰ ਦਿੱਤੇ ਗਏ, ਇਹ ਬੰਦਿਆਂ ਨਾਲੋਂ ਵੱਧ ਰੱਬ ਬਣਾ ਕੇ ਦੁਨੀਆਂ ਸਾਹਮਣੇ ਰੱਖ ਦਿੱਤੇ ਗਏ। ਬਕਾਇਦਾ ਲਿਖਿਆ ਸਤਿਗੁਰ ਨੇ, ਜਾਣ ਕੇ ਚਰਨਾ, ਜਾਣਦੇ ਨਵੇਂ ਨੂੰ ਔਂਕੜ ਨਹੀਂ ਹੈ, ਕੇ ਔਣ ਕਰਕੇ ਔਂਕੜ ਨਹੀਂ ਹੈ। ਜਾਣ ਕੇ ਚਰਨ, ਚਰਨ ਦਾ ਸ਼ਬਦ ਸਿੱਖਿਆ, ਜਾਣ ਕੇ ਚਰਨਾ ਵਸੈ ਮੇਰਾ ਹੀਰ ਹੈ, ਮੇਰੇ ਹਿਰਦੇ ਵਿੱਚ ਜਾਣ ਦੇ ਚਰਨ ਵਸ ਕੇ, ਗੁਰੂ ਦੀ ਸਿੱਖਿਆ ਵਸ ਗਈ, ਸੰਗ ਪੁਨੀਤਾ ਦੇਹੀ, ਇਹਦੇ ਨਾਲ ਮੇਰੀ ਦੇਹ ਪੁੱਤਰ ਹੋ ਗਈ, ਦੇਹ ਪੁੱਤਰ ਕਰਦੀ ਹੈ ਗੁਰੂ ਦੀ ਸਿੱਖਿਆ, ਸਰੀਰ ਪੁੱਤਰ ਕਰਦਾ ਹੈ ਗੁਰੂ ਦਾ ਸ਼ਬਦ। ਜਾਣ ਕੇ ਚਰਨ ਵਸੈ ਮੇਰੇ ਹੀਰ ਹੈ, ਸੰਗ ਪੁਨੀਤਾ ਦੇਹੀ, ਅੱਗੇ ਆ ਗਿਆ ਜਨ ਕੀ ਧੂਰ, ਇੱਥੇ ਵੀ ਜਾਂਦੇ ਮੈਨੂੰ ਔਂਕੜ ਨਹੀਂ, ਕਿਉਂਕਿ ਧੂਰ ਆਉਂਦੇ ਜਨ ਕੀ ਆ ਗਿਆ, ਉੱਥੇ ਕੀ ਆਇਆ ਤੇ ਕੀ ਆ ਗਿਆ, ਕੀ ਆਉਣ ਕਰਕੇ ਇੱਥੇ ਵੀ ਔਂਕੜ ਨਹੀਂ ਹੈ, ਕਿਉਂਕਿ ਧੂਰ ਦਾ ਅਰਥ ਕੀ ਹੈ ਜੀ? ਜਦੋਂ ਕੋਈ ਰਸਤੇ ਤੋਂ ਇੱਕ ਵਾਰ ਪਹਿਲੀ ਵਾਰ ਲੰਘਦਾ, ਜ਼ਮੀਨ ਵਗੀ ਹੋਵੇ, ਮੋਟੀਆਂ ਮੋਟੀਆਂ ਢੇਮਾਂ ਪਈਆਂ ਹੋਣ, ਪਹਿਲੀ ਵਾਰ ਜਦੋਂ ਲੰਘੇਗਾ ਨਾ, ਪਹਿਲੀ ਵਾਰ ਲੰਘਣ ਵਾਲੀ ਨੂੰ ਤਕਲੀਫ ਬੜੀ ਹੁੰਦੀ, ਨਵਾਂ ਰਸਤਾ ਪਾਉਣਾ ਪੈਣਾ। ਜਦੋਂ ਦੋ ਬੰਦੇ ਲੰਘ ਗਏ, ਤਿੰਨ ਲੰਘ ਗਏ, ਚਾਰ ਲੰਘ ਗਏ, ਹੌਲੀ ਹੌਲੀ ਪਾਇਆ ਬਣ ਜਾਂਦਾ, ਉਹ ਡੰਡੀ ਬਣ ਜਾਣੀ। ਜਦੋਂ ਜ਼ਿਆਦਾ ਲੋਕ ਲੰਘਣ ਲੱਗ ਪਏ, ਫਿਰ ਉਹ ਧੂੜ ਬਣ ਜਾਣੀ ਮਿੱਟੀ। ਜਦੋਂ ਤੁਰਨਗੇ, ਧੂੜ ਉੱਡੇਗੀ ਫਿਰ ਆਕਾਸ਼ ਨੂੰ। ਇਹ ਤੇ ਧੂੜ ਦਾ ਰਸਤਾ, ਗੁਰੂ ਦਾ ਰਸਤਾ, ਜਿਸ ਰਸਤੇ ਤੇ ਗੁਰੂ ਤੋਰਨਾ ਚਾਹੁੰਦਾ ਸਨ। ਜਨ ਕੀ ਧੂੜ, ਮੈਨੂੰ ਗੁਰੂ ਦੀ ਧੂੜ ਦਿਓ, ਗੁਰੂ ਦਾ ਰਸਤਾ ਦਿਓ, ਗੁਰੂ ਦੀ ਸਿੱਖਿਆ ਦਿਓ, ਗੁਰੂ ਦਾ ਉਪਦੇਸ਼ ਦਿਓ, ਜਿਹਦੇ ਨਾਲ ਮੈਂ ਗੁਰੂ ਦੀ ਸਿੱਖਿਆ ਨੂੰ ਜੀਵਨ 'ਚ ਵਸਾ ਸਕਾਂ। ਜਨ ਕੀ ਧੂੜ ਦੇਵੋ ਕਿਰਪਾ ਨਿਧ, ਨਾਨਕ ਕਹਿ ਸੁਧ। ਇਹੀ ਸਭ ਤੋਂ ਵੱਡਾ ਨਾਨਕ ਵਾਸਤੇ ਸੋਖੀ ਹੈ ਕਿ ਗੁਰੂ ਦੇ ਉਪਦੇਸ਼ ਦੀ ਵਿਚਾਰ ਮੇਰੇ ਜੀਵਨ 'ਚ ਵਸ ਜਾਏ, ਉਪਦੇਸ਼ ਨੂੰ ਧਾਰਨ ਕਰ ਸਕਾਂ, ਮੈਨੂੰ ਸਮਝ ਆ ਸਕੇ ਕਿ ਮੈਂ ਗੁਰੂ ਦੀ ਵਿਚਾਰ ਨੂੰ ਕਿਵੇਂ ਜੀਵਨ ਦੇ ਵਿੱਚ ਵਸਾਉਣਾ। ਇਹਨਾਂ ਤੁਕਾਂ ਦਾ ਖਾਸ ਕਰਕੇ ਦੇਹ ਧਾਰੀਆਂ ਨੇ ਆਸਰਾ ਲੈ ਕੇ ਸਾਨੂੰ ਸ਼ਬਦ ਗੁਰੂ ਤੱਕ ਜਾਣ ਹੀ ਨਹੀਂ ਦਿੱਤਾ ਕਿ ਅਸੀਂ ਸ਼ਬਦ ਗੁਰੂ ਨੂੰ ਸਮਝਦੇ, ਵਿਚਾਰਦੇ ਕਿ ਪਾਤਸ਼ਾਹ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਕਿੰਨੀ ਕੀਮਤੀ ਗੱਲ ਸਤਿਗੁਰ ਨੇ ਇੱਥੇ ਕਹੀ ਹੈ। ਜਨ ਕੇ ਚਰਨ ਵਸੈ ਮੇਰੇ ਹੀਰ ਹੈ, ਸੰਗ ਪੁਨੀਤਾ ਦੇਹੀ, ਜਨ ਕੀ ਧੂੜ ਦੇਵੋ ਕਿਰਪਾ ਨਿਧ, ਨਾਨਕ ਕਹਿ ਸੁਖ। ਇਹੀ ਨਾਨਕ ਵਾਸਤੇ ਸਭ ਤੋਂ ਵੱਡਾ ਸੁਖ ਇਹ। ਇਸ ਕਰਕੇ ਮਹਾਰਾਜ ਕਹਿੰਦੇ ਗੁਰ ਕੇ ਚਰਨ ਹਿਰਦੇ ਧਿਆਏ, ਗੁਰੂ ਦੇ ਚਰਨ ਨੂੰ ਹਿਰਦੇ ਵਿੱਚ ਧਿਆਉਣਾ ਇਸੇ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰ ਚਰਨ ਪਿਆਰੇ, ਪਿਆਰੇ ਗੁਰੂ ਦੇ ਚਰਨ ਸਿੱਖ ਦੇ ਹਿਰਦੇ ਵਿੱਚ ਵਸ ਜਾਣ, ਇਹਦੇ ਨਾਲ ਹੀ ਇਹ ਮਨ ਸੱਚ ਨਾਲ ਜੁੜਦਾ ਹੈ। ਐਸੇ ਗੁਰੂ ਬਾਰੇ ਕਿਹਾ, ਭੁੱਲੇ ਮਾਰਗ ਸ਼ਬਦ ਦਾ ਪਹਿਲਾ ਪਦ, ਸਾਨੂੰ ਭੁੱਲਿਆ ਹੋਇਆ ਨੂੰ, ਪੁਰਾਏ ਪਿਆਰ ਨੂੰ ਗੁਰੂ ਨੇ ਸਹੀ ਰਸਤੇ ਤੇ ਪਾ ਦਿੱਤਾ। ਭੁੱਲੇ ਮਾਰਗ ਜਿਹਨੇ ਬਤਾਇਆ, ਜਿਸਨੇ ਸਾਨੂੰ ਦੱਸ ਦਿੱਤਾ ਭੁੱਲਿਆ ਹੋਇਆ ਨੂੰ ਸਹੀ ਰਸਤਾ, ਐਸਾ ਗੁਰ ਵੱਡੇ ਭਾਗੀ ਪਾਇਆ, ਇਹੋ ਜਿਹਾ ਸਾਨੂੰ ਗੁਰੂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋ ਗਿਆ, ਤੇ ਸਤਿਗੁਰ ਨੇ ਸਾਨੂੰ ਬੰਧਨਾਂ ਤੋਂ ਮੁਕਤ ਕਰ ਦਿੱਤਾ, ਆਜ਼ਾਦ ਕਰ ਦਿੱਤਾ। ਕਾਮ ਕ੍ਰੋਧ ਲੋਭ ਮੋਹ ਮੰਨ ਲੀਨਾ, ਗੱਲ ਵੀ ਆਪਾਂ ਸਵੇਰ ਵਾਲੇ ਜਵਾਨ ਵਿੱਚ ਵੀ ਅੱਜ ਗੱਲ ਕੀਤੀ ਸੀ ਕਿ ਬੰਦਾ ਇਲਾਜ ਕਰਾਉਣ ਤੋਂ ਪਹਿਲਾਂ ਬਿਮਾਰੀ ਜਾਣਨਾ ਚਾਹੁੰਦਾ ਹੈ ਵੀ ਬਿਮਾਰੀ ਕੀ ਹੈ, ਮੇਰੇ ਦਰਦ ਕੀ ਹੁੰਦੀ ਹੈ। ਸਾਨੂੰ ਮੁਕਤੀ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਬੰਧਨ ਕਿਹੜੇ, ਬੰਧਨਾਂ ਤੋਂ ਬਾਅਦ ਮੁਕਤ ਹੋਣ ਦੀ ਗੱਲ ਆਈ ਹੈ, ਦੂਜਿਆਂ ਮਤਾਂ ਵਿੱਚ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕੀਤੀ ਗਈ ਹੈ। ਸਾਡੇ ਸਿੱਖ ਧਰਮ ਦੀ ਖਾਸੀਅਤ ਪਤਾ ਕੀ ਹੈ, ਇੱਥੇ ਬਾਣੀ ਲਿਖਿਆ ਮੂਹੇ ਹੋਵੇ ਜੋ ਮੁਕਤ ਦਿਓਗੇ ਤੇਰੀ ਮੁਕਤ ਨਾ ਜਾਣੇ ਕੋਈ। ਜੇ ਸਾਨੂੰ ਮਰਨ ਤੋਂ ਬਾਅਦ ਹੀ ਮੁਕਤੀ ਮਿਲਣੀ, ਉਸ ਮੁਕਤੀ ਨੂੰ ਅਸੀਂ ਕੀ ਕਰਨਾ, ਬੰਧਨ ਤੇ ਸਾਨੂੰ ਹੁਣ ਪਏ ਹੋਏ, ਸਾਨੂੰ ਹੁਣ
ਨੇ ਨਾ ਸੱਚ ਦੇ ਰਸਤੇ ਤੇ ਤੁਰਨ ਦਿੰਦੇ ਨੇ। ਇਹ ਬੰਦਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਮਨ, ਲੀਨਾ, ਜਿਨ੍ਹਾਂ ਨੇ ਮਨ ਨੂੰ ਲੁੱਟ ਲਿਆ। ਬੰਧਨ ਕਾਟ, ਗੁਰੂ ਇਹ ਬੰਧਨ ਕੱਢ ਦਿੰਦਾ। ਬੰਧਨ ਕਾਟ, ਮੁਕਤ ਗੁਰ ਕੀਨਾ, ਗੁਰੂ ਇਹਨਾਂ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ, ਆਜ਼ਾਦ ਕਰ ਦਿੰਦਾ ਹੈ ਬੰਦੇ ਨੂੰ। ਮੁਕਤ ਗੁਰ ਕੀਨਾ, ਦੁੱਖ ਸੁੱਖ ਕਰਮ ਜਨਮ ਫੁਨ ਮੂਆ, ਕਦੀ ਦੁੱਖ ਤੇ ਕਦੀ ਸੁੱਖ, ਕਦੀ ਦੁਖੀ ਹੁੰਦਾ, ਦੁਖੀ ਹੋ ਕੇ ਮਰ ਜਾਂਦਾ, ਸੁਖੀ ਹੋ ਕੇ ਫਿਰ ਜਨਮ ਦਾ ਲੈਂਦਾ। ਮਨ ਕਰਕੇ ਪਤਾ ਨੀ ਕਿੰਨੀ ਵਾਰ ਦਿਹਾੜੀ ਜੰਮਦਾ ਤੇ ਮਰਦਾ ਹੈ। ਇਹਦਾ ਮਨ ਕਰਕੇ ਸਰੀਰ ਦਾ ਤੇ ਜੰਮਣ ਮਰਨਾ ਇੱਕ ਵਾਰ ਹੋਣਾ, ਮਨ ਕਰਕੇ ਤੇ ਦਿਹਾੜੀ ਪਤਾ ਨੀ ਕਿੰਨੀ ਵਾਰ ਮਰਦਾ ਤੇ ਕਿੰਨੀ ਵਾਰ ਜੰਮਦਾ। ਕਦੀ ਕਿਹੜਾ ਘਰ ਵੇਖ ਕੇ ਮਰ ਜਾਂਦਾ, ਕਦੀ ਕਿਹੜੀ ਗੱਡੀ ਵੇਖ ਕੇ ਮਰ ਜਾਂਦਾ, ਕਦੀ ਕਿਹੜਾ ਤਨ ਵੇਖ ਕੇ ਮਰ ਜਾਂਦਾ। ਇਸ ਨੂੰ ਬਣ ਜਾ ਕੇ ਕਬੀਰ ਮਰਦਾ ਮਰਦਾ ਜਗਮੂਆ, ਸਾਰਾ ਜਗਤ ਮਰੀ ਜਾ ਰਿਹਾ। ਮਰ ਵੀ ਨਾ ਜਾਣਿਆ ਕੋਏ, ਕਿਸੇ ਨੂੰ ਅਸਲੀ ਮੌਤ ਨਾ ਮਰਨਾ ਆਇਆ। ਐਸੀ ਮਰਨੀ ਜੋ ਮਰੇ ਬਹੁਤ, ਨਾ ਮਰਨਾ ਹੋਵੇ ਇੱਕ ਵਾਰ ਤੈਨੂੰ ਅਸਲੀ ਮੌਤ। ਅਸਲੀ ਮੌਤ ਕਿਹੜੀ? ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਨਾਲ ਮਰਨਾ ਆਪਣੇ ਆਪ, ਗੁਰੂ ਦੀ ਸਿੱਖਿਆ ਨਾਲ ਆਪਣੇ ਅੰਦਰ ਬੁਰੇ ਖਿਆਲ ਮਾਰ। ਇੱਕ ਵਾਰ ਮਰ ਗਿਆ ਨਾ, ਦੁਬਾਰਾ ਸਰੀਰ ਦੀ ਮੌਤ ਕੀ ਹੋਏਗੀ? ਮਨ ਜੰਮਣ ਮਰਨ ਵਿੱਚ ਨਹੀਂ ਹੋਵੇ। ਸਰੀਰ ਤੇ ਮਰਨਾ ਹੀ ਹੈ, ਸਰੀਰ ਤੇ ਨਾਸ਼ ਹੋਣਾ ਹੀ ਹੋਣਾ, ਅਵੱਛ ਹੋਣਾ ਹੈ, ਪਰ ਮਨ ਕਰਕੇ ਚੜ੍ਹਦੀ ਕਲਾ ਵਿੱਚ ਵਹਿੰਦਾ ਜੇ ਸ਼ਬਦ ਨਾਲ ਆਪਣੇ ਅੰਦਰੋਂ ਬੁਰੇ ਖਿਆਲ ਮਾਰ ਲਏ। ਦੁੱਖ ਸੁੱਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰੇ ਆਸ਼ਰਮ ਦੀ। ਗੁਰੂ ਨੇ ਆਪਣੇ ਚਰਨ ਕਮਲਾਂ ਦਾ ਆਸਰਾ ਦੇ ਦਿੱਤਾ। ਚਰਨ ਕਮਲ ਮੀਨ ਗੁਰੂ ਨੇ ਆਪਣੇ ਉਪਦੇਸ਼ ਆਪਣੀ ਸਿੱਖਿਆ ਦਾ ਆਸਰਾ ਦਿੱਤਾ। ਚਰਨ ਕਮਲ ਗੁਰੇ ਆਸ਼ਰਮ ਦੀ ਅਖੀਰ ਚ ਮਹਾਰਾਜ ਨੇ ਅਗਨ ਸਾਗਰ, ਇਹ ਸੰਸਾਰ ਅੱਗ ਵਿੱਚ ਸੜ ਰਿਹਾ। ਕਿਹੜੀ ਅੱਗ ਹੈ ਜੀ? ਭਲਾ ਕ੍ਰਿਸ਼ਨਾ ਦੀ ਅੱਗ। ਇਸ ਅੱਗ ਵਿੱਚ ਪੂਰਾ ਦੇ ਪੂਰ ਸੜ ਕੇ ਸੁਭਾਅ ਹੋ ਗਿਆ, ਟੱਬਰਾਂ ਦੇ ਟੱਬਰ ਸੜ ਕੇ ਸੁਭਾਅ ਹੋ ਗਿਆ। ਔਰੰਗਜ਼ੇਬ ਅੰਦਰ ਅੱਗ ਸੀ ਨਾ, ਵੀ ਮੈਨੂੰ ਤਖ਼ਤ ਮਿਲੇ ਭਾਵੇਂ ਪਿਓ ਦਾ ਹੀ ਕਦਮ ਕਿਉਂ ਨਾ ਕਰਨਾ ਪਵੇ। ਤਖ਼ਤ ਮਿਲਣਾ ਚਾਹੀਦਾ, ਭਾਵੇਂ ਸਕੇ ਭਰਾ ਕਿਉਂ ਨਾ ਮਾਰ ਦੇ। ਬੰਦੇ ਅੰਦਰ ਪਦਾਰਥਾਂ ਦੀ ਭੁੱਖ ਹੈ, ਇਸ ਭੁੱਖ ਨੂੰ ਮਿਟਾਉਣ ਲਈ ਅੱਗ ਬਲ ਰਹੀ ਇਨਸਾਨ ਦੇ ਅੰਦਰ। ਸਤਿਗੁਰ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਇਹ ਗੱਲ ਕਹਿ ਦਿੱਤੀ, ਭੁੱਖਿਆ ਭੁੱਖ ਨੂੰ ਉਤਰੇ ਜੇ ਬੰਨਾਂ ਪੂਰੀਆਂ, ਭਾਰ ਕਹਿ ਕੇ ਕ੍ਰਿਸ਼ਨਾ ਦੇ ਅਧੀਨ ਰਿਹਾ, ਬੰਦਾ ਕਦੀ ਰਹਿ ਨਹੀਂ ਸਕਦਾ, ਕ੍ਰਿਸ਼ਨਾ ਦੇ ਅਧੀਨ ਰਿਹਾ। ਬੰਦੇ ਦੇ ਅੰਦਰ ਇੱਕ ਅੱਗ ਬਲ ਰਹੀ ਹੈ, ਜਿਵੇਂ ਅੱਗ ਬਲਦੀ ਹੋਵੇ ਤੇ ਬੰਦਾ ਕਵੇ ਕਿ ਮੈਂ ਇਸ ਅੱਗ ਵਿੱਚੋਂ ਜਦੋਂ ਆਵਾਜ਼ ਆਏਗੀ ਨਾ ਫਿਰ ਲੱਕੜਾਂ ਪਾਉਣ ਉੱਠਣਾ ਹੈ। ਸਾਰੀ ਦੁਨੀਆ ਦੀ ਬਨਸਪਤੀ ਕੱਟ ਕੇ ਪਿਆਰਿਆ ਸੁੱਟੀ ਜਾ, ਲੱਕੜਾਂ ਚੋਂ ਅੱਗ ਚੋਂ ਕਦੀ ਆਵਾਜ਼ ਨਹੀਂ ਆਉਣੀ ਕਿ ਅਸੀਂ ਤ੍ਰਿਪਤ ਹੋ ਗਏ, ਉਹਨੇ ਸਾਰੇ ਤੋਂ ਸਵਾਦ ਕਰੀ ਜਾਣਾ। ਦੁਨੀਆ ਦੇ ਸਾਰੇ ਪਦਾਰਥਾਂ ਦਾ ਮਾਲਕ ਤੂੰ ਕੱਲਾ ਵੀ ਬਣ ਗਿਆ ਨਾ, ਤੇ ਤੈਨੂੰ ਕੋਈ ਪੁੱਛੇ ਰੱਜ ਗਿਆ, ਤੂੰ ਕਹਿਣਾ ਨਹੀਂ, ਅਜੇ ਵੀ ਉਹ ਗੱਲ ਨਹੀਂ ਬਣੀ ਜਿਹੜੀ ਬਣਾਉਣਾ ਚਾਹੁੰਦਾ ਸੀ। ਇਸ ਕਰਕੇ ਇਸ ਬੰਦੇ ਨਾ ਕਰੋ, ਜ਼ਿੰਦਗੀ ਦਾ ਆਨੰਦ ਲੈ ਗੁਰੂ ਦੇ ਸ਼ਬਦ ਵਿੱਚੋਂ, ਸਮਝਣ ਦਾ ਯਤਨ ਕਰ ਜੋ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ। ਐਵੇਂ ਨਹੀਂ ਬਾਣੀ ਚ ਮਹਾਰਾਜ ਨੇ ਗੱਲਾਂ ਕਹਿ ਦਿੱਤੀਆਂ। ਭੂਮੀਆਂ ਭੂਮ ਉੱਪਰ ਨਿੱਤਰ ਦੂਜੈ, ਜ਼ਿਮੀਦਾਰ ਜ਼ਮੀਨ ਪਿੱਛੇ ਲੁੱਝ ਮਾਰਦਾ, ਇੱਕ ਨਿੱਕੇ ਜਿਹੇ ਇੰਚ ਬਦਲੇ ਆਪਣੇ ਸਕੇ ਗੁਆਂਢੀ ਦਾ ਭਰਾ ਦਾ ਕਤਲ ਕਰ ਦਿੰਦਾ, ਜ਼ਮੀਨ ਉੱਥੇ ਰਹਿ ਜਾਂਦੀ ਹੈ, ਇੱਕ ਮਰ ਜਾਂਦਾ ਦੂਜਾ ਜੇਲ ਚਲਾ ਜਾਂਦਾ। ਭੂਮੀਆਂ ਭੂਮ ਉੱਪਰ ਨਿੱਤਰ ਦੂਜੈ, ਛੋੜ ਚਲੈ ਤ੍ਰਿਸ਼ਨਾ ਨਹੀਂ ਦੂਜੈ ਕਹੋ ਨਾਨਕ। ਆ ਤੱਤ ਦੀ ਗੱਲ ਹੈ, ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਨਹੀਂ ਛੁਟਕਾਰਾ ਹੋਣਾ ਭਾਈ ਰੱਬ ਦੇ ਨਾਮ ਤੋਂ ਬਿਨਾਂ, ਪਰਮਾਤਮਾ ਦੀ ਬੰਦਗੀ ਤੋਂ ਬਿਨਾਂ, ਗੁਰੂ ਦੀ ਮਦਦ ਤੋਂ ਬਿਨਾਂ ਨਹੀਂ ਛੁਟਕਾਰਾ ਹੁੰਦਾ, ਜਿੱਥੇ ਮਰਜ਼ੀ ਭੱਜਦਾ। ਅਗਨ ਸਾਗਰ ਕ੍ਰਿਸ਼ਨਾ ਦੀ ਅੱਗ ਵਿੱਚ ਸੰਸਾਰ ਸੜ ਰਿਹਾ, ਅਗਨ ਸਾਗਰ ਬੂਢਤ ਸੰਸਾਰਾ। ਇਸ ਅੱਗ ਵਿੱਚ ਬਾਹਰ ਕੌਣ ਕੱਢੂ? ਜਿਹੜਾ ਅੱਗ ਤੋਂ ਨਾ ਬਚਿਆ ਉਹ ਇੱਕੋ ਹੀ ਹੈ ਗੁਰੂ। ਸੰਸਾਰ ਤੇ ਸੜਿਆ ਗੁਰੂ ਇੱਕੋ ਹੀ ਹੈ ਜਿਹੜਾ ਸਾਨੂੰ ਬਚਾਉਣ ਦੀ ਦਾਤ ਰੱਖ। ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ, ਹੇ ਨਾਨਕ ਆਖ ਗੁਰੂ ਬਾਂਹ ਫੜ ਕੇ ਸਾਨੂੰ ਆਪ ਇਸ ਅੱਗ ਵਿੱਚੋਂ ਬਾਹਰ ਕੱਢ ਲੈਂਦਾ ਹੈ। ਆਓ ਐਸੇ ਮਹਾਨ ਸਤਿਗੁਰ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ, ਜਿਹੜਾ ਗੁਰੂ ਆਪ ਬਚਿਆ, ਨਰਾਇਣ ਨਰਪਤ ਨਮਸਕਾਰ ਹੈ। ਐਸੇ ਗੁਰੂ ਕੋ ਪਲ ਪਲ ਜਾਈਏ, ਆਪ ਮੁਕਤ ਮੋਹਿ ਤਾਰੇ, ਜਿਹੜਾ ਆਪ ਮੁਕਤ ਹੈ ਤੇ ਸਾਨੂੰ ਮੁਕਤ ਕਰਨ ਦੀ ਤਾਕਤ ਰੱਖਦੇ ਹਨ। ਆਓ ਇੱਕ ਵਾਰ ਇਹਨਾਂ ਤੁਹਾਨੂੰ ਫਿਰ ਪੜ੍ਹੀਏ। ਗੁਰਪੁਰਾ ਜਿਨ ਸਿਮਰਿਆ, ਗੁਰਪੁਰਾ